ਆਰੋ ਮੇਰਾ ਵੀਰ ਜਲਦੀ ਦੇ ਨਾਲ ਬਹੁਤ ਵਧੀਆ ਮੈਚ ਹੋ ਰਿਹਾ ਮੇਰੇ ਸਾਹਮਣੇ ਖਜਨਾ ਟੀਮ ਦੂਜੇ ਮਹਾਂ ਕਲਪਰੀ ਕਲੱਬ ਬਾਰੇ ਗਈ ਟੀਮ ਹੈ ਜੀ ਹਾਂ ਗੱਲਾਂ ਕਦੇ ਟਿਕਾਣੇ ਲੱਗ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਪਵਨ ਮਾਸਟਰ ਜੀ ਵੀ ਤਰਕ ਵੀਰ ਬਾਜ ਰਿਹਾ ਛੋਟੂ ਵੀ ਆ ਗਿਆ ਇੱਕ ਵਾਰੀ ਤਾਰੀ ਬਹੁਤ ਤਕੜਾ ਮੈਚ ਲੱਗਣਾ ਵੀਰੇ ਹਾਂ ਕਹਿੰਦੇ ਛੋਟੂ ਬਰਸੇ ਚੌਂਤੀ ਆਹ ਗੱਲਾਂ ਕਹਿੰਦੇ ਹੋਰ ਗਈਆਂ ਫਰਵਾਰੀ ਵਾਲਾ ਦੱਸਾਂਗੇ ਨਾ ਵੀ ਆਹ ਗੱਲ ਟਿਕਾਣੇ ਲੱਗ ਗਈ ਆ ਆਹ ਚਰਚੇ ਕਹਿੰਦੇ ਬੰਦੇ ਹੋਣਗੇ ਬੜੇ ਚੋਟੀ ਦਾ ਮੈਚ ਹੋਊਗਾ ਇਹਦੇ ਪਤਾ ਲੱਗੂਗਾ ਆ ਜਾਣਗੇ ਵੀਰੇ ਦਸੰਬਰ ਚ ਆ ਜਾਣਗੇ ਦਸੰਬਰ ਚ ਮਾਣੋ ਆਨੰਦ ਮੈਚ ਦਾ ਵੀਰੇ ਬਹਾਦਰਗੜੀਆ ਰਵੀ ਆ ਗਿਆ ਫਾਇਰ ਫਾਈਟਰ ਤਾੜੀ ਮਾਰੋ ਜ਼ੋਰ ਦੇ ਵੀ ਛੋਟੂ ਮਿਲ ਆ ਗਿਆ ਇੱਕ ਵਾਰੀ ਗੌਰਵ ਨੂੰ ਹਾਂ ਬਹੁਤ ਕਹਿੰਦੇ ਨਿਮਰਤਾ ਵਾਲਾ ਖਿਡਾਰੀ ਆ ਮਾਜ ਵਾਲਾ ਛੋਟੂ ਤੇ ਲਵੀ ਗੌਰਵ ਤੇਰੇ ਚ ਵੀ ਨਿਮਰਤਾ ਬਹੁਤ ਹੈ ਜਿਹਨੂੰ ਖੜੇ ਬਾਈ ਬਣ ਕੇ ਥੋੜਾ ਆਸਾ ਪਾਸਾ ਕਰੋ ਜੀ ਜਾਂਦੇ ਬਹਿ ਜਾਓ ਮੇਰਾ ਬਾਈ ਸਰ ਨੇ ਇਹਨੂੰ ਵੀ ਬਿਠਾ ਦੋ ਉੱਚਾ ਲੱਗਦਾ ਮੈਨੂੰ ਬੜਾ ਹੈਪੀ ਸੰਧਿਆ ਹੈਪੀ ਗੌਰਵ ਤਗੜੀਵਾਲ ਆ ਗਿਆ ਗੌਰਵ ਯਾਰ ਕਰਨਾ ਹਾਂਜੀ ਹਾਂਜੀ ਕਰਾਉਣੇ ਆ ਲਵੀ ਦਰਕ ਵੀਰੇ ਪਈਆਂ ਦਾ ਚੌਂਤੀ ਵੀ ਆ ਗਿਆ ਆਹ ਪਈਆਂ ਦੀਆਂ ਲਾਟੀ ਵੀ ਮਿਲ ਰਹੀ ਪਰ ਸੱਜਣੇ ਸ਼ਰੀਕ ਬਣ ਕੇ ਟੱਕਰਨਗੇ ਆਹ ਗੱਲਾਂ ਕਹਿੰਦੇ ਹੋਰ ਗਈਆਂ ਸੰਗਿਆ ਦਾ ਹੈਪੀ ਬਾਈ ਵੀ ਗੌਰਵ ਯਾਰ ਕਰਨਾ ਗਰਾਊਂਡ ਦੇ ਵਿੱਚ ਖੇਡਦੇ ਮੈਦਾਨ ਵਿੱਚ ਰਵੀ ਉਹ ਲਾਵੇ ਪਾਲਾ ਜਿੱਤਾਂ ਦੀ ਤੇਣੇ ਹੋਰ ਮਿੱਤਰੋ ਸਭ ਨੇ ਯੋਰ ਮਿੱਤਰੋ ਕਹਿੰਦੇ ਇੰਨਾ ਰਾਮਕੋਟ ਸੁਰੇਸ਼ ਨੇ ਬਾਲ ਬੜੀ ਚੋਟੀ ਜੀ ਲਾ ਦਿੱਤੀ ਹੈ ਪਰ ਇੱਕ ਪਿੰਡਾਂ ਕਦੇ ਵਿਕਾਸ ਦਾ ਜਿਹੜਾ ਮੁੰਡਾ ਹੋਰ ਸਰਵਿਸ ਕਰਨ ਲਈ ਤਿਆਰ ਭਰਾ ਸਾਡਾ ਭੈਣੀ ਭੈਣੀ ਵਾਲਾ ਆਹ ਕਹਿੰਦੇ ਵਿੱਕੀ ਵੀ ਆ ਗਿਆ ਲਾਈਵ ਤੇ ਚਰਚੇ ਵੱਡੇ ਆ ਕਹਿੰਦੇ ਹੁੰਦੀਆਂ ਨੇ ਮੁੰਡਾ ਢਿੱਲੋਆਂ ਦਾ ਤੇ ਯਾਰਾਂ ਦਾ ਯਾਰ ਆ ਮੈਂ ਰਹੀ ਰਹੋ ਗੱਲ ਕਹਿੰਦੇ ਟਿਕਾਣੇ ਲੱਗ ਰਹਿਣੀਆਂ ਮੈਂ ਰਹੀ ਰਹੋ ਆਹ ਕਹਿੰਦੇ ਰਾਮਕੋਟ ਵਾਲਾ ਸੁਰੇਸ਼ ਆ ਇਹਦੇ ਲੰਬੇ ਲੰਬੇ ਪਾਰ ਰੱਖੇ ਜਦੋਂ ਟੋਪੀ ਲਾ ਕੇ ਸਾਈਡ ਤੇ ਕਰਤੀ ਪਤਾ ਫੇਰ ਲੱਗਣਾ ਵੀ ਇਕੱਲੇ ਪਾਲ ਨੀ ਵਧਾਏ ਜਾਂਦੇ ਮੇਰੀਆਂ ਮੈਂ ਬੰਦੇ ਵੀ ਵਧਾਏ ਬੜੇ ਨੇ ਤੇ ਜਿਹੜਾ ਇਧਰਲੇ ਪਾਸੇ ਖੜਾ ਨਾ ਚੋਪੜਾ ਇਹ ਕਦੇ ਖੇਡਿਆ ਦੇਖਿਆ ਜਾਂਦਾ ਇਹ ਮੁੰਡੇ ਦਾ ਕਹਿੰਦੇ ਪਿਆਰ ਇੰਨਾ ਪਿੰਡਾਂ ਦੇ ਵਿੱਚ ਜੋਬ ਕਰਦਾ ਤੇ ਬਹਾਦਰਗੜ ਇਹਦਾ ਕਹਿੰਦੇ ਜੱਦੀ ਨਗਰ ਆ ਮੇਰੇ ਮਿੱਤਰੋ ਇਹ ਮੁੰਡੇ ਦੇ ਪਿੰਡੇ ਦੇ ਵਿੱਚ ਵੀ ਅੰਨੀ ਜਾਨ ਹੈ ਆਪਣੀ ਨਿਮਰਤਾ ਤੇ ਖਿਡਾਰੀ ਚੋਟੀ ਦਾ ਸਵਾਲ ਹਾਂਜੀ ਹਾਂਜੀ ਪ੍ਰਿੰਸ ਕੱਲ ਨੂੰ ਰੀਲ ਭੇਜ ਦੂੰ ਤੁਹਾਡਾ ਬੁਲਾਵਾ ਹੀ ਮੈਂ ਹਾਥੀਆਂ ਦੀ ਰੀਲ ਭੇਜ ਦੇ ਭੇਜ ਦੂੰ ਪ੍ਰਿੰਸ ਕੋਲ ਨਾਲ ਲਵਾਰ ਵੈਲਕਮ ਬਾਈ ਧੰਨਵਾਦ ਫੜ ਕੇ ਗਲ ਘੁੱਟ ਦੇ ਤੇ ਮੱਚ ਮਾਰਦੇ ਰਵੀ ਬਾਲ ਕੀ ਚੀਜ਼ ਤਗੜੀ ਵਾਲ ਬਈ ਦਾ ਲਵੀ ਕਿੰਨੇ ਕਿੰਨੇ ਆ ਇੱਕ ਦੋ ਜੀ ਵਾਹ ਬਈ ਵਾਹ ਲੈ ਵੀ ਇੱਕ ਨੰਬਰ ਇਧਰਲੇ ਪਾਸੇ
ਖਜਰਾਵਰ ਚੀਤੇ ਦੀ ਟੀਮ ਦਾ ਨਵੀ ਉਧਰੋਂ ਭਰਾਏ ਸਾਡੇ ਉਹ ਕਹਿੰਦੇ ਜਿਹੜੀ ਟੀਮ ਦੋ ਨੰਬਰ ਗਰਾਊਂਡ ਦੇ ਮੈਚ ਲੂਜ ਕਰੂਗੀ ਜਸਪਾਲ ਵਾਂਗਰ ਵਾਲਾ ਜਿਹੜਾ ਦੁਨੀਆ ਨੂੰ ਆਲਵੇ ਦਾ ਕਹਿ ਗਿਆ ਮਾਨ ਦੀ ਯਾਦ ਇੱਕ ਪੁਆਇੰਟ ਆ ਜੀ ਤਿੰਨ ਖਜਰਾਵਰ ਇੱਕ ਰਾਮ ਕੋਲ ਯੂਕੇ ਵਾਲਾ ਪੰਜਾਬ ਨਹੀਂ ਆਇਆ ਵੀਰੇ ਸੁੱਖਾ ਜੁਕੇ ਜਿਹੜੀ ਟੀਮ ਦੋ ਨੰਬਰ ਗਰਾਊਂਡ ਦਾ ਮੈਚ ਲੂਜ ਕਰੂਗੀ ਤੇ ਉਹਨੂੰ 500 ਦੇ ਵੱਡੇ ਮਾਣ ਕਰਾਂਗੇ ਆਪਾਂ ਵੀਰ ਸਾਡੇ ਪੁੱਜੇ ਹੋਏ ਨੇ ਬਹੁਤ ਵੱਡਾ ਮੈਂ ਧੰਨਵਾਦ ਕਰ ਲਾ ਮੇਰੇ ਵੀਰ ਦੂਸਰੇ ਸਾਡਾ ਜੋਰ ਵੀ ਆ ਹੋਇਆ ਭਰਾ ਸਾਡਾ ਮੈਂ ਵੀ ਨੰਬਰ ਦਾ ਟਾਈਆਂ ਦੀ ਤਿਆਰੀ ਕਰ ਰਿਹਾ ਪ੍ਰਬੰਧਕ ਵੀਰ ਚੇਤੇ ਕਰਦੇ ਆ ਕਿਵੇਂ ਕਰਾਉਣਾ ਨੌ ਇੱਕ ਬਾਈ ਕਲੀਅਰ ਕਰ ਦਈਏ ਛੋਟੂ ਮਾਜਰੇ ਦਾ ਮੈਚ ਤਿੰਨ ਨੰਬਰ ਗਰਾਊਂਡ ਤੇ ਆ ਜੀ ਧਰਤੀਆਂ ਬਣ ਗਈਆਂ ਵੀਰੇ ਬਾਈ ਜੀ ਜੇਤੂ ਟੀਮਾਂ ਦਾ ਇੱਕ ਇੱਕ ਖਿਡਾਰੀ ਆ ਸਕਦਾ ਜੀ ਸਟੇਜ ਤੇ ਨੌ ਟੀਮਾਂ ਵੀਰੇ ਇੱਕ ਵਾਧੂ ਮੈਚ ਕਰਾਇਆ ਜਾਣਾ ਪਹਿਲਾਂ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਬਾਈ ਜੀ ਕੁਆਟਰ ਲਵੀ ਬੇਨਤੀ ਹੈ ਮੇਰੀ ਦਾਨਿਸ਼ ਖਜਨਾਵਰ ਦਾਨਿਸ਼ ਕਹਿੰਦੇ ਖਜਨਾਵਰ ਵਾਲਾ ਜਿਹੜਾ ਉਧਰਲੇ ਪਾਸੇ ਅਮਣੀ ਇੱਧਰ ਲੈਣ ਮੈਂ ਲੱਗ ਰਹੀ ਮੇਰਾ ਵੀਰ ਤੋਂ ਧਿਆਨ ਰੱਖੀ ਤੇ ਲਵੀ ਰਵੀ ਫੈਟਾ ਕੋਈ ਸ਼ੱਕ ਨਹੀਂ ਵੀਰੇ ਚੰਡੀਗੜ੍ਹ ਵਾਲੀ ਨਹੀਂ ਆਈ ਟੀਮ ਅੰਕਿਤ ਵੀ ਨਹੀਂ ਆਇਆ ਪਥਰੜੀ ਨਵੀ ਕਿੰਨੇ ਕਿੰਨੇ ਹੋ ਗਏ ਨੰਬਰ ਭਾਵੀਆਂ ਵਾਲੇ ਨਵੀ ਭਾਵੀਆਂ ਵਾਲਿਓ ਹਾਂ ਧਿਆਨ ਰੱਖੋ ਮੇਰਾ ਵੀਰ ਖਿੱਚ ਕੇ ਰੱਖੋ ਖਿੱਚ ਕੇ ਕੰਮ ਮਾੜਾ ਜਿਹਾ ਮੁੰਡੇ ਬੜੇ ਵਧੀਆ ਮੈਚ ਇੱਧਰ ਵੀ ਸ਼ੁਰੂ ਹੋ ਗਿਆ ਜਿਹੜੀ ਟੀਮ ਸਟੇਜ ਵਾਲੇ ਪਾਸੇ ਚੈਨਲ ਦੀ ਧਰਤੀ ਹੈ ਮੇਰੇ ਵੀਰ ਤੇ ਟੀਮ ਦੇ ਲਈ ਕਹਿੰਦੇ ਪਈਆਂ ਪਿੰਡਾਂ ਸਾਰੇ ਭਰਾ ਸ਼ੇਅਰ ਜ਼ਰੂਰ ਕਰੀ ਜਾਵੇ ਕਿ ਦੋ ਦੋ ਵੀਰੇ ਤਿੰਨ ਦੇ ਲਈ ਨਾਲ ਜਾਣਾ ਜੀ ਤੇ ਦੂਜੇ ਪਾਸੇ ਇੱਕ ਦੋ ਦੋ ਸ਼ੇਅਰ ਜ਼ਰੂਰ ਕਰੀ ਗੱਲੋ ਵੀਰੇ ਜੋ ਬਰਾਈ ਟੀਮ ਨਹੀਂ ਹੈ ਵੀਰੇ ਜੋ ਵੀਰ ਨਾ ਚੌਂਟੀ ਤੇ ਕਹਿੰਦੇ ਨਹੀਂ ਹੈ ਜੋ ਵੀਰ ਵੀਰੇ ਵੀ ਜੇ ਤੂੰ ਸਾਡੀ ਨਹੀਂ ਹੋਣਾ ਤੇ ਥੱਲੋ ਕੋਈ ਗੱਲ ਨਹੀਂ ਇਹ ਕੈਰਾ ਨਹੀਂ ਹੋ ਗਈ ਤੇ ਸਾਨੂੰ ਗੱਲ ਰੱਖੂ ਹੁਣ ਕਬਜੇ ਦੀ ਪੈਲੀ ਦਾ ਤੂੰ ਪੂਰਾ ਨਾਮ ਤੇ ਚੈਂਪਰ ਵੀ ਕਹਿੰਦੇ ਤੇ ਜਿਹੜੇ ਬਾਹਰੇ ਨੇੜੇ ਰਹਿੰਦੇ ਇਹਨੂੰ ਮਿੱਠੂ ਕਹਿੰਦੇ ਆ ਆਹ ਗੱਲਾਂ ਕਹਿੰਦੇ ਹੁੰਦੀਆਂ ਨੇ ਸਰਵਿਸ ਕਰ ਗਿਆ ਮਾਜ ਵਾਲੇ ਛੋਟੂ ਪਾ ਲੈਣਾ ਇੱਕ ਹੋਰ ਜੁੜ ਗਿਆ ਬਾਈ ਜੀ ਇੱਧਰਲੇ ਪਾਸੇ ਟਾਈਆਂ ਦੀ ਤਿਆਰੀ ਹੈ ਵੀਰੇ ਜੇਤੂ ਟੀਮਾਂ ਦਾ ਇੱਕ ਇੱਕ ਖਿਡਾਰੀ ਆ ਜੂਗੀ ਕਾਪੀ ਖੋਲੇ ਵੀਰੇ ਇੱਕ ਵੱਧ ਮੈਂ ਹਾਂਜੀ ਨਾਲ ਦੀ ਨਾਲ ਹੀ ਵੀਰੇ ਕੁਆਟਰ ਦੀਆਂ ਵੀ ਕੱਢ ਦਿਆਂਗੇ ਟਾਈਆਂ ਜਿਹੜੀਆਂ ਜੇਤੂ ਟੀਮਾਂ ਵੀਰੇ ਨਾਲ ਹੀ ਵੀਰੇ ਨੌ ਟੀਮਾਂ ਆਪਣੇ ਕੋਲੇ ਵਧੀਆਂ ਜੀ ਇੱਕ ਮੈਚ ਹੋਊਗਾ ਉਹਨਾਂ ਦੇ ਨਾਮ ਅਸੀਂ ਬੋਲੂਗਾ ਨਾਲ ਹੀ ਕੁਆਟਰੀਆਂ ਟਾਈਆਂ ਪੈ ਜਾਣਗੀਆਂ ਸਵਰਗੀ ਬਲਜੀਤ ਕੌਰ ਕਲੱਬ ਮੁਹੰਮਦਗੜ੍ਹ ਰੱਬੋ ਨੇਪਾਲੀ ਕੋਟ ਦੁੰਨਾ ਕਾਲੀ ਵਾਲਾ ਗੁਰੀ ਚੁੱਕੇ ਧੌਲਵਾਂ ਜਿਹੜਾ ਦਿਲਪ੍ਰੀਤ ਗਿੱਲ ਕਨੇਡਾ ਕਲੱਬ ਤੇ ਜਿਹੜੇ ਤਿੰਨ ਮੈਚ ਚੱਲ ਰਹੇ ਆ ਬਾਈ ਇਹਨਾਂ ਦੇ ਨਾਲ ਜੇ ਕੋਈ ਐਕਸਟਰਾ ਖਿਡਾਰੀ ਹੈਗੇ ਆ ਉਹ ਵੀ ਆ ਸਕਦੇ ਆ ਮੇਰਾ ਵੀਰ ਬਣ ਕੇ ਸੰਭਾਵਨਾ ਨਹੀਂ ਆਈ ਵੀਰੇ ਨਹੀਂ ਆਈ ਜੀ ਤਾਂ ਮੈਚ ਹੀ ਆਪਾਂ ਕੱਢਣਾ ਸੋ ਉਹ ਖੇਡਣਾ ਪਊਗਾ ਵੀਰੇ ਨਾਲ ਦੀ ਨਾਲ ਤੇ ਫਿਰ ਉਸ ਤੋਂ ਬਾਅਦ ਆਪਾਂ ਉਹਨਾਂ ਦੀ ਜੇਤੂ ਪਰਸੀ ਪਾ ਕੇ ਕੁਆਟਰ ਦੀਆਂ ਤਾਂ ਨਾਲ ਹੀ ਕੱਢਾਂਗੇ ਹੋਣਗੀਆਂ ਮੇਰੇ ਮਿੱਤਰ ਉਧਰ ਲਾ ਲਾ ਹੋਈ ਹੋਈ ਆ ਫੇਰ ਦੇ ਮੈਦਾਨ ਦੇ ਵਿੱਚ
ਮਾਂਗਣੇ ਵਾਲਾ ਪੇਰਿਆ ਫਿਰਦਾ ਪਈਆ ਵੀ ਆ ਹੋਣਾ ਪੈਣਾ ਤਗੜਾ ਵੀ ਕਾਲੇ ਪਾੜੀਓ ਕ੍ਰਿਸ਼ਨੇ ਪਾਇਆ ਤੇ ਚਾਦਰਾ ਲਈ ਅਜੇ ਮਹਾਰਾਜ ਆਇਆ ਉਹ ਪੱਲੇ ਟਿੱਡਾ 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 ਕਹਿੰਦੇ ਆ ਇਹਨੂੰ ਟਿੱਡਾ 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 ਕਹਿੰਦੇ ਆ ਹਾਂ ਪਈ ਵਾਲੀ ਆ ਕਹਿੰਦੇ ਟਿੱਡਾ ਕਮਾਲ ਕਰ ਗਿਆ ਦੋ ਵੀਰ ਖੇਡਦੇ ਇੱਕ ਦੇ ਸਾਨੂੰ ਇੱਕ ਟਿੱਡਾ ਹਾਂ ਪਰ ਕਹਿੰਦੇ ਤੇਜਿੰਦਰ ਪਈਆ ਫਿਰਦਾ ਗਲਤੀ ਕਰ ਗਿਆ ਖੇਡ ਦੇ ਮੈਦਾਨ ਦੇ ਵਿੱਚ ਲਵੀ ਤਰਨ ਇੱਧਰ ਖਾਤਾ ਖੁੱਲਿਆ ਨੀ ਤੇ ਉੱਧਰ ਕਿੰਨੇ ਆ ਦੋ ਨੰਬਰ ਆ ਹਲੇ ਕਹਿੰਦੇ ਚੈਨਿਆਂ ਦੀ ਟੀਮ ਦਾ ਚੌਥੀ ਟੀਮ ਦਾ ਖਾਤਾ ਨੀ ਖੁੱਲਿਆ ਤੇ ਪਈਆ ਦੀ ਟੀਮ ਦੇ ਨੰਬਰ ਹੁਣ ਪਹਿਲਾ ਨੰਬਰ ਆ ਕੌਣ ਜੋੜੂ ਆਪਣੀ ਟੀਮ ਦੇ ਲਈ ਉਹ ਗੱਲਾਂ ਕਹਿੰਦੇ ਹੋਣ ਗਿਆ ਉਧਰ ਰਾਮਕੋਟ ਵਾਲਾ ਉੱਡਿਆ ਫਿਰਦਾ ਖਜਨਾਵਰ ਵਾਲਾ ਖੇਡਦੇ ਪੱਲੇ ਆਓ ਆਓ ਪੱਲੇ ਹੋਈ ਪਈ ਆ ਮੇਰੇ ਮਿੱਤਰੋ ਖੇਡਦੇ ਮੈਦਾਨ ਦੇ ਵਿੱਚ ਮੁੰਡੇ ਉੱਡੇ ਫਿਰਦੇ ਆ ਲਾਵੀ ਜਜਾਰ ਲੋਕਾਂ ਦੀ ਅੱਖ ਉੱਤੇ ਰਹਿੰਦੇ ਵੀ ਆ ਉਹ ਖੜੇ ਮੁੰਡੇ ਯੂਐਸਏ ਵਾਲੇ ਕਨੇਡਾ ਵਾਲੇ ਗੱਲਾਂ ਕਹਿੰਦੇ ਕਰਵਾ ਰਹੇ ਹੈਗੇ ਸਾਊਥ ਕੋਰੀਆ ਵਾਲਾ ਮੈਨੂੰ ਕਿਤੇ ਨਜ਼ਰ ਨਹੀਂ ਆਉਂਦਾ ਗੱਲਾਂ ਕਹਿੰਦੇ ਹੋਣ ਗਿਆ ਆਹ ਚਰਚੇ ਵੱਡੇ ਆ ਨੰਬਰ ਚੋਣ ਲਈ ਮੁੰਡੇ ਕਹਿੰਦੇ ਫੇਰ ਤਿਆਰ ਵਰ ਤਿਆਰ ਹੈ ਮੇਰੇ ਮਿੱਤਰੋ ਉਧਰ ਵੀ ਕਹਿੰਦੇ ਬਹਾਦਰ ਗੜੀ ਕਮਾਲ ਕਰੀ ਆਉਂਦਾ ਪਰ ਇੱਧਰ ਤੇ ਆਹ ਪੱਲੇ 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 ਏਦਾਂ ਦੀਆਂ ਨੀ ਜੇ ਸਿੰਗਲ ਏਅਰ ਦੀ ਨਾਰੇ ਤੇਜਿੰਦਰ ਗੱਡੀ ਤੇ ਗੱਲ ਬਣ ਜਿਹੜੀਆਂ ਆਹ ਗੱਲਾਂ ਕਹਿੰਦੇ ਹੋਣ ਗਿਆ ਮੇਰੇ ਮਿੱਤਰੋਂ ਭਾਵੇਂ ਰੱਬ ਵਾਲਿਆਂ ਨਾ ਮੁੱਠੀ ਭਰੀ ਆ ਤੇ ਕਮਾਲ ਵਾਲੀ ਕਰਨਾ ਤੇ ਲੈਵੀ ਵਿੱਕੀ ਉਹ ਵੀ ਆ ਗਿਆ ਜਿਵੇਂ ਤੇਰੇ ਪਿੰਡੋਂ ਕਬੂਤਰਬਾਜੀ ਕੋ ਸਾਈਕਲ ਜਿੱਤਿਆ ਜਿਵੇਂ 25-26 ਜਿੱਤ ਲੇ ਰਵੀ ਦੀ ਸਿੰਗਲ ਹੈਂਡ 1000 ਦੀ ਹੋਣੀ ਆ ਬਹਾਦਰ ਗੜੀ ਰਵੀ ਦੀ ਕਹਿੰਦੇ ਸਿੰਗਲ ਹੈਂਡ ਮੇਰੇ ਮਿੱਤਰੋ 1000 ਦੀ ਔਰ ਰਾਮਕੋਟ ਵਾਲਾ ਪਰ ਅੱਜ ਤੇ ਪਹਿਲਾਂ ਜਿਹੜਾ ਬਾਈ ਕਲੀਅਰ ਮੈਚ ਹੈ ਵੀਰੇ ਤਾਈਆਂ ਸਾਰੇ ਵੀ ਥੋੜਾ ਧਿਆਨ ਨਾਲ ਸੁਣਿਓ ਕਿਉਂਕਿ ਆਪਣੇ ਕੋਲ 9 ਟੀਮਾਂ ਸੀ ਬਾਈ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਥੋੜਾ ਜਿਹਾ ਧਿਆਨ ਜਿਹੜੀ ਟੀਮ ਗਰਾਊਂਡ ਨੰਬਰ 1 ਚੋਂ ਜਿੱਤੇਗੀ ਬਾਈ ਉਹਦਾ ਮੈਚ ਆ 40 ਵਾਲਾ ਬੁਰੀ ਦੀ ਟੀਮ ਦੇ ਨਾਲ ਸੋ ਜਿਹੜੀ ਵਿਨਰ ਟੀਮ ਹੋਊਗੀ ਗਰਾਊਂਡ ਨੰਬਰ 1 ਦੀ ਉਹ ਗਰਾਊਂਡ ਨੰਬਰ 1 ਦੇ ਜਿੱਤੀ ਰਵੇ ਉਹਦਾ ਅੱਗੇ ਮੈਚ ਆ ਵੀਰੇ 40 ਵਾਲਾ ਬੁਰੀ ਦੀ ਟੀਮ ਦੇ ਨਾਲ ਮੁਹੰਮਦਗੜ੍ਹ ਦੀ ਟੀਮ ਦਾ ਮੈਚ ਵੀਰੇ ਖੇਡਿਆ ਜਾਣਾ ਕੋਟ ਦੁੰਨੇ ਦੀ ਟੀਮ ਦੇ ਨਾਲ ਮੁਹੰਮਦਗੜ੍ਹ ਤੇ ਕੋਟ ਦੁੰਨਾ ਇਹ ਰੱਬੋ ਦਾ ਮੈਚ ਆ ਬਾਈ ਜੀ ਚੁੱਕਿਆਂ ਦੀ ਟੀਮ ਦੇ ਨਾਲ ਤੇ ਇਧਰੋਂ ਜਿਹੜੀ ਟੀਮ 2 ਨੰਬਰ ਗਰਾਊਂਡ ਤੋਂ ਜਿੱਤ ਗਈ ਤੇ ਜਿਹੜੀ ਇਧਰੋਂ 3 ਚੋਂ ਜਿੱਤ ਗਈ ਇਹਨਾਂ ਦਾ ਆਪਸ ਵਿੱਚ ਖੰਡਾ ਫੜਕੂਗਾ ਤੇ ਜਿਹੜਾ ਆਪਣੇ ਕੋਲੇ 22 ਕਲੀਅਰ ਮੈਚ ਆ ਵੀਰੇ ਗੁਰੀ ਕਾਲੀਆ ਦਾ ਤੇ 1 ਨੰਬਰ ਦੀ ਜੇਤੂ ਟੀਮ ਦਾ ਜਿਹੜਾ ਪਹਿਲਾਂ ਆਪਾਂ ਮੈਚ ਬੋਲਿਆ ਵੀ 22 ਕਲੀਅਰ ਆ ਉਹਦਾ ਅੱਗੇ ਮੈਚ ਖੇਡਿਆ ਜਾਊਗਾ ਕੁਆਟਰ ਦਿਲਪ੍ਰੀਤ ਗਿੱਲ ਕੈਨੇਡਾ ਕਲੱਬ ਧਾਲਵਾਂ ਜੋ ਦੀ ਟੀਮ ਦੇ ਨਾਲ ਇਹ ਟਾਈਆਂ ਨੇ ਆਪਣੇ ਕੋਲ
ਸੋ ਸਾਰੇ ਭਰਾਵਾਂ ਨੂੰ ਪਹਿਲਾਂ ਤਾਂ ਜਿਹੜੀ ਟੀਮ ਗਰਾਊਂਡ ਨੰਬਰ ਦੂਜੀ ਟੀਮ ਦੇ ਨਾਲ ਉਹਦਾ ਮੈਚ ਹੈ ਗਰਾਊਂਡ ਦੇ ਵਿੱਚ ਹੀ ਰਵੇ ਬਾਕੀ ਮੈਚ ਬੋਲੇ ਜਾਣਗੇ ਨੰਬਰ ਬਾਰਾ ਹੁਣ ਨੰਬਰ ਜ਼ਰੂਰ ਦੱਸੀ ਨੰਬਰ ਦੱਸ ਦੇ ਉਧਰੋਂ ਭਰਾਏ ਸਾਡਾ ਵਿਕੇ ਦਸਪਾਲ ਦਾ ਗਰਾਊਂਡ ਮਾਰ ਸਾਡਾ ਵੀਰ ਸਭ ਤੋਂ ਸਦਾ ਲਈ ਵਿਛੜ ਗਿਆ ਉਹਦੀ ਯਾਦ ਦੇ ਵਿੱਚ ਜਿਹੜੀ ਵੀ ਟੀਮ ਅੱਜ ਲਹਾਰੇ ਦੇ ਵਿੱਚ ਟੂਰਨਾਮੈਂਟ ਜਿੱਤੂਗੀ ਤੇ ਬਾਈ ਜੀ ਜਸਪਾਲ ਵਾਂਗਰ ਨੇ ਟੂਰਨਾਮੈਂਟ ਤੇ ਸਾਰੀ ਟੀਮ ਦਾ ਸਨਮਾਨ ਕੱਪਾ ਨਾਲ ਕਰਿਆ ਜਾਊਗਾ ਕਾਰੀ ਤਾੜੀਆਂ ਮਾਰਦੇ ਜੋੜਦੇ ਨੇ ਜਿਹੜੀ ਵੀ ਟੀਮ ਅੱਜ ਦਾ ਟੂਰਨਾਮੈਂਟ ਜਿੱਤੂਗੀ ਮਾਨ ਭਰਾਰੀ ਯਾਦ ਦੇ ਵਿੱਚ ਕੱਪਾ ਨਾਲ ਸਨਮਾਨ ਕਰਾਂਗੇ ਵੀਰ ਕਹਿੰਦਾ ਵੀ ਹਨੇਰੀਆਂ ਵੀ ਆਉਂਦੀਆਂ ਅੱਗੇ ਤੂਫਾਨ ਚਲੇ ਜਾਂਦੇ ਯਾਦਾਂ ਰਹਿ ਜਾਂਦੀਆਂ ਇਨਸਾਨ ਚਲੇ ਜਾਂਦੇ ਆ ਕਰਨ ਤਿੰਨ ਰਾਜੂ ਭਾਈ ਇੱਧਰ ਵੀ ਨੰਬਰ ਦੱਸੋ ਜੀ ਕਿੰਨੇ ਜੀ ਰਾਜੂ ਵੀਰੇ ਇੱਧਰ ਕਿੰਨੇ ਕਿੰਨੇ ਹੋ ਗਏ ਮਾਟਰ ਜੀ ਅੱਠ ਤੇ ਛੇ ਅੱਠ ਛੇ ਪੁਆਇੰਟ ਆ ਜੀ ਅੱਠ ਰਵੀ ਖਜਰਾਵਰ ਦੇ ਜੀ ਜਿਹੜੀ ਟੀਮ ਹਾਰ ਗਈ ਬਾਈ ਜੀ ਦੋ ਨੰਬਰ ਗਰਾਊਂਡ ਤੋਂ ਪੰਜ ਸੌ ਵੱਡੇ ਮਾਣ ਕਰਾਂਗੇ ਮਾਣ ਦੀ ਯਾਦ ਦੇ ਵਿੱਚ ਵੱਡੇ ਮਾਣ ਕਰਨੇ ਆ ਜਸਪਾਲ ਉਧਰਲੇ ਪਾਸੇ ਕਹਿੰਦੇ ਬਈ ਵਾਲੀਆਂ ਜੋਤੀ ਫਾਈਨਲ ਜਿੱਤੇ ਤੇ ਡਾਕਟਰ ਆਸ਼ੂ ਰਹੀਲਾ ਉਹ ਕਹਿੰਦੇ ਵੀ ਕੱਪ ਦੇ ਨਾਲ ਵੱਡਾ ਸਨਮਾਨ ਕਰ ਦਿਆਂਗੇ ਜੇ ਮਾਜਰਾ ਛੋਟੂ ਅੱਜ ਜਿੱਤੇ ਤੇ ਗੱਲਾਂ ਹੋਣਗੀਆਂ ਪਰ ਗੱਲ ਤੇ ਹਲੇ ਆ ਮੈਚ ਤੇ ਖੜੀ ਤੇ ਜਿਹੜੀ ਇਹਦੇ ਜਿੱਤ ਗਈ ਤੇ ਫਿਰ ਦੋ ਨੰਬਰ ਹੋਣਗੀਆਂ ਮੇਰੇ ਮਿੱਤਰ ਦਸ ਰਵੀ ਛੇ ਸਕੋਰ ਆ ਜਿਹੜੇ ਸੁਰੇਸ਼ ਵਿਕਾਸ ਵੀ ਦਸ ਨੰਬਰ ਆ ਜਿਹੜੇ ਖਜਰਾਵਰ ਚੀਤੇ ਦੀ ਟੀਮ ਦੇ ਸਾਈਡਾਂ ਚੇਂਜ ਹੋ ਚੁੱਕੀਆਂ ਇਧਰਲੇ ਪਾਸੇ ਔਰ ਮੈਂ ਬੇਨਤੀ ਕਰੂੰਗਾ ਬਾਈ ਜੀ ਰੱਬੋ ਤੇ ਚੁੱਗੇ ਇਹ ਮੁੰਡੇ ਆਓ ਜੀ ਇਸ ਤੋਂ ਬਾਅਦ ਗਰਾਊਂਡ ਨੰਬਰ ਦੋ ਦੇ ਵਿੱਚ ਜੀ ਰੱਬੋ ਦੀ ਟੀਮ ਦਾ ਮੈਚ ਹੈ ਚੁੱਕਿਆਂ ਦੀ ਟੀਮ ਦੇ ਨਾਲ ਇਹ ਮੁੰਡੇ ਦੋ ਨੰਬਰ ਗਰਾਊਂਡ ਦੇ ਵਿੱਚ ਆ ਜਾਣ ਔਰ ਜਿਹੜੀ ਉਹ ਵਿੱਚ ਹੀ ਰਵੇ ਬਾਈ ਤੇ ਤਿੰਨ ਨੰਬਰ ਗਰਾਊਂਡ ਚ ਵੀ ਪੇਚਾ ਵੱਡੀਆਂ ਟੀਮਾਂ ਦਾ ਰਾਮ ਕੋਟੀਆ ਸੁਰੇਸ਼ ਗੱਭਰੂ ਆਇਆ ਹੋਇਆ ਮਰਦਾਂ ਦੇ ਭੋਗ ਜਗਣ ਨਹੀਂ ਵੱਸਦੀ ਕੂੜੇ ਜਾਂਦੇ ਖਿੰਡ ਕੁੜੇ ਤੇ ਮੇਰਾ ਸਤਲੁਜ ਲਾ ਕੇ ਟਿੱਬਿਆਂ ਦੇ ਵਿੱਚ ਮੇਰਾ ਸਤਲੁਜ ਲਾ ਕੇ ਟਿੱਬਿਆਂ ਦੇ ਪਿੰਡ ਕੁੜੇ ਸੌਖਾ ਏ ਭਰਾ ਸਾਡਾ ਯੂਕੇ ਵਾਲਾ ਹਾਂ ਜੋ ਮੈਂ ਯੂਐਸਏ ਦਾ ਮੰਮੀ ਢਿੱਲੋ ਭਰਾ ਜੋ ਢਿੱਲੋ ਤੇ ਮਾਂ ਦੀ ਯਾਦ ਦੇ ਵਿੱਚ ਬਈ ਲਖਵੀਰ ਹੋਣੀ ਆ ਆਪਾਂ ਜਿਹੜੀ ਟੀਮ ਤਿੰਨ ਨੰਬਰ ਗਰਾਊਂਡ ਤੋਂ ਵੀ ਮੈਚ ਲੂਟ ਕਰ ਗਈ ਤੇ ਪੰਜ ਸੌ ਉਹਨਾਂ ਨੂੰ ਵੀ ਦੇ ਦੇਣਾ ਹਾਂ ਜਿੱਤਣ ਵਾਲਿਆਂ ਤੇ ਹਰ ਕੋਈ ਲਾਉਂਦਾ ਤੇ ਮੁੰਡੇ ਹਾਰਨ ਵਾਲਿਆਂ ਦੇ ਲਾਈ ਆਉਂਦੇ ਸੁੱਡੀ ਵੱਡੇ ਮਾਣ ਕਰੀ ਆਉਂਦੇ ਆ ਸੁੱਖਾ ਰਹਿੰਦਾ ਵਿੱਚ ਯੂਕੇ ਦੇ ਤੇ ਜੋਤ ਯੂਐਸਏ ਵਾਲਾ ਆਇਆ ਹੋਇਆ ਆਹ ਲਖਵੀਰ ਹੋਣੀ ਅਮਨਦੀਪ ਹੋਣੀ
ਪ੍ਰਾਵਜੋ ਦੁਰੀ ਵੀ ਖੜੇ ਆ, ਉਹ ਹੈਪੀ ਨੇ ਉਹਦੇ ਕਿਆ ਹੀ ਬਾਤਾਂ ਹੈ। ਆਹ ਸਤਨਾਮ ਨਜ਼ਰ ਰਹੀ ਉਹਦਾ, ਲਵੀ ਸੁਨੀ ਕਨੇਡਾ ਵਾਲਾ ਭਰਾ ਹੈ ਸਾਡਾ, ਬਹੁਤ ਵੱਡਾ ਧੰਨਵਾਦ ਹੈ। ਆਹ ਚਰਚੇ ਕਹਿੰਦੇ ਵੱਡੇ ਨਾਲ ਦਿਲਾਂ ਢਿੱਲੋਂ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਿਹਤ ਤੌਰ ਤੇ। ਪਤਾ ਹਾਰ ਗਏ ਮੈਚ ਬਾਈ ਬਨੀਤ ਪੁਨੀਆ ਬਾਈ, ਵਾਹ ਜੀ ਵਾਹ, ਰਵੀ ਦੇ ਇੱਕ ਸੌ ਦੇ ਵੱਡੇ ਮਾਰ ਜਿਹੜੇ ਭੇਜੇ ਨਾ ਟੀਮ ਖੇਡੀ ਆ ਬਾਈ, ਰਵੀ ਤਲਵੰਡੀ ਵਾਲੇ ਬਹੁਤ ਧੰਨਵਾਦ ਕਰਦੀ ਆ, ਖਰਾਬ ਹੋ ਗਈਆਂ ਦੋਧਾਂ ਯਾਰ, ਸਤਪਾਲ ਸਿੰਘ ਜੀ ਆ ਸਤਪਾਲ ਦੀ ਬਹੁਤ ਬਹੁਤ ਧੰਨਵਾਦ ਹੈ, ਕਮਰਪਾਲ ਸਿੰਘ ਬਿਲਕੁਲ ਬੰਦਾ ਧੰਨਵਾਦ ਆ ਵੀ ਮੈਂ ਡਰਦਾ ਹਾਂ ਇਸ ਮਹਿਫਲ ਵਿੱਚ ਕੁਝ ਬੋਲਾਂ ਤੇ ਕੁਝ ਨਾ ਬੋਲਾਂ, ਇੱਥੇ ਹਰ ਸ਼ਖਸੀਅਤ ਨਾਮੀ ਆ ਤੇ ਕਿਹਦਾ ਕਿਹਦਾ ਨਾ ਬੋਲਾ, ਬਾਕੀ ਨਾਮ ਉਹ ਕਹਿੰਦੇ ਸਾਰੇ ਸਾਡੇ ਨਹੀਂ ਬੋਲ ਸਕਦੇ, ਪਰ ਸਭ ਦਾ ਵੱਡਾ ਧੰਨਵਾਦ ਹੈ। ਜਿੱਤ ਗਿਆ ਵਾ ਤੇ ਕਈ ਦਿਨ ਚਰਚੇ ਚੱਲੀ ਜਾਣਗੇ ਕਿ ਯੂਪੀ ਵਾਲਾ ਤੇ ਸਾਰਾ ਪਸੜਾ ਲੋਕਾਂ ਗੱਲਾਂ ਕਰਦੀਆਂ ਕਿ ਯੂਪੀ ਵਾਲਾ ਫੇਟਾ ਪੂਰਾ ਜਿਵੇਂ ਸਿਆਣੇ ਜ਼ਿਮੀਦਾਰ ਐਨ ਕਦੇ ਮੇਰੇ ਮਿੱਤਰ ਸਵਾਲ ਵੱਖਰਾ, ਗਰਾਊਂਡ ਨੰਬਰ ਦੋ ਦੀ ਟੀਮਾਂ ਲਾਲੜੀ ਪਿੰਡ ਦੀ ਟੀਮ ਵੀ ਕਦੇ ਮੰਨੀ ਪ੍ਰਮੰਨੀ ਬਣ ਕੇ ਆਈ ਹੈ ਤੇ ਨੰਦਗੜ੍ਹ ਦਾ ਕਦੇ ਜੱਸਾ ਪੁੱਜਿਆ ਹੋਇਆ ਹੁਸਣ ਨੂੰ ਸੱਦਿਆ ਮੁੰਡਿਆਂ ਨੇ ਐਨ ਸਵਾਲ ਇਧਰਲੇ ਪਾਸੇ ਵੀ ਕਦੇ ਵੱਜਿਆ ਪਿਆ ਸਾਰੇ ਦੇ ਸਾਰੇ ਬੜੀ ਕਦੇ ਵੱਡੀ ਮੁਬਾਰਕਬਾਦ ਹੈ ਰੌਣਕਾਂ ਹੋਰ ਵੀ ਵੱਧ ਜਾਣ ਗਈਆਂ ਉਲਝੇ ਪਏ ਆ ਟੀਮਾਂ ਦੀ ਲਾਗਦਾਤ ਹੈ ਨੰਬਰਦਾਰਾ ਨੰਬਰ ਤੇ ਸਾਡੇ ਤੇਰੇ ਗੁਆਂਢੀ ਪਿੰਡ ਦੇ ਕਿੰਨੇ ਆ ਰਵੀ ਕਿੰਨੇ ਕਿੰਨੇ ਨੰਬਰ ਦੱਸੀ ਮੇਰਾ ਵੀਰ ਸਕੋਰ ਕਰਨ ਸਕੋਰ ਕਿੰਨੇ ਆ ਜੀ ਸਕੋਰ ਸੱਤ ਦਾ ਸਾਜੀ ਚਾਰ ਦਿਨ ਚਾਰ ਚੇਨੇ ਵਾਲਾ ਸੱਤ ਦਾ ਸਕੋਰ ਹੈ ਜੀ ਉਦੋਂ ਜਗੇੜੇ ਵਾਲਾ ਜੱਗਾ ਵੀ ਲਾ ਜੁੜਿਆ ਬੈਠਾ ਭਰਾ ਸਾਡਾ ਤਲਵੰਡੀ ਸਾਹਿਬ ਕਰਿਓ ਗੱਲ ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਹੈ ਜੱਗਾ ਬਾਈ ਸਾਡਾ ਜੁੜਿਆ ਹੋਇਆ ਹੈ ਬਰਾਬਰੀ ਦੇ ਮੈਚ ਹੈ ਹਾਲੇ ਵੀ ਚਾਰ ਨੰਬਰ ਚੇਨੇ ਵਾਲ ਤਿੰਨ ਨੰਬਰ ਬਈਏਵਾਲ ਇੱਧਰ ਸੱਤ ਗੱਡੀ ਟੀਮ ਦੇ ਵਰਿੰਦਰ ਇਧਰਲੇ ਪਾਸੇ ਸੱਤ ਤੋਂ ਅੱਠ ਹੋ ਗਏ ਮੈਨੂੰ ਲੱਗਦਾ ਅੱਠ ਨੰਬਰ ਆ ਦੋ ਨੰਬਰ ਗਰਾਊਂਡ ਚ ਜਿਹੜੀ ਟੀਮ ਸਟੇਜ ਵਾਲੇ ਪਾਸੇ ਖੇਡਦੀ ਹੈ ਇਹ ਜਿਲ੍ਹੇ ਫਾਜ਼ਿਲਕਾ ਦੇ ਵਿੱਚੋਂ ਆਈ ਹੈ ਜੀ ਇਹਨਾਂ ਦੇ ਪਿੰਡ ਕੜਿਆਲੀ ਤਾਰ ਲੱਗੀ ਹੋਈ ਆ ਪਾਕਿਸਤਾਨ ਦੇ ਬਾਰਡਰ ਤੋਂ ਆਏ ਆ ਮੁੰਡੇ ਬਹੁਤ ਲੰਬੀਆਂ ਛੋਟੂ ਮਾਜਰਾ ਸਾਰੇ ਪਾਵਲ ਆ ਗਿਆ ਨਾ ਸਤਰਾਵ ਤੇ ਨਾਲ ਕਹਿੰਦੇ ਅਮਨ ਦੀ ਮੈਂ ਢਿੱਲੋ ਜੋ ਜੁਆਸਿਆ ਸੁੱਖਾ ਚੁੱਕੇ ਪ੍ਰਾਵਜੋ ਤੋਂ ਲਖਵੀਰ ਹੋਣੀ ਕਹਿੰਦੇ ਬੇਨਤੀ ਹੈ ਮੇਰਾ ਵੀਰ ਬਣ ਕੇ ਸਤਨਾਮ ਖਿਆਲ ਉਹ ਜਿਹੜੇ ਪਾਣੀ ਵਾਲੇ ਬਾਬੇ ਸੀ ਆਪਣੇ ਉਹ ਥੋੜਾ ਧੁੰਮ ਧੰਮ ਦਾ ਚੱਕਰ ਮੰਨ ਕੇ ਲੰਘ ਗਏ ਆ ਸੋ ਮੈਂ ਬੇਨਤੀ ਕਰਦਾ ਮੇਰਾ ਵੀਰ ਬਣ ਕੇ ਪਾਣੀ ਦਾ ਆਪਾਂ ਜ਼ਰੂਰ ਪ੍ਰਬੰਧ ਕਰੀਏ ਬੋਤਲਾਂ ਹੀ ਭਰ ਕੇ ਰੱਖ ਦਈਏ ਨਾ ਉਹਦੇ ਨਾਲ ਹੀ ਆਪਣਾ ਚੱਲ ਜਾਣਾ ਸਿਸਟਮ ਬਾਈ ਮੇਰੀ ਬੇਨਤੀ ਹੈ ਦੋ ਨੰਬਰ ਗਰਾਊਂਡ ਤੇ ਕਿਉਂਕਿ ਜ਼ੋਰ ਲੱਗਿਆ ਹੋਇਆ ਹੈ ਨੌ ਤੇ ਦਸ ਬਰਾਬਰੀ ਦੀ ਟੱਕਰ ਆ ਐਂਡ ਕਦੇ ਮੁੜਕੋ ਮੁੜਕੀ ਹੋਏ ਫਿਰਦੇ ਆ ਮੁੰਡੇ ਵੀ ਮੁੜਕੋ ਮੁੜਕੀ ਹੋ ਗਿਆ
ਭਾਈ ਆਉਂਦਾ ਸਵਾਦ ਦਸ ਬਰਾਬਰ ਹੋ ਗਏ ਦਸ ਬਰਾਬਰ ਐਨ ਕਦੇ ਬਰਾਬਰੀ ਦੇ ਮੈਚ ਚੱਲ ਰਿਹਾ ਮੇਰੇ ਮਿੱਤਰੋ ਵੀ ਇੱਕ ਮਚਾਜਣ ਰੱਖਦੀ ਆ ਹੱਥ ਤੇਰੇ ਮੋਢੇ ਤੇ ਸੱਜਾ ਗੋਡਾ ਰੱਖ ਪੈਂਦੀ ਆ ਖੱਬੇ ਗੋਡੇ ਤੇ ਦਸ ਬਰਾਬਰ ਦਸ ਬਰਾਬਰ ਨਾ ਸਾੜਿਆ ਤੇ ਤੂੰ ਕੀ ਜਾਣੇਗਾ ਤੇਰੀ ਹਿੱਕ ਤੇ ਦੀਵਾ ਨਾ ਬਾਲਿਆ ਤੂੰ ਕੀ ਜਾਣੇਗਾ ਇਧਰਲੇ ਪਾਸੇ ਰਾਮ ਕੁੰਡੀਆ ਕਹਿੰਦਾ ਵੀ ਦੀਵੇ ਭਾਵੇਂ ਜਿੰਨੇ ਪਰ ਕੱਲੇ ਕੱਲੇ ਦੀ ਹਿੱਕ ਤੇ ਦੋ ਬਾਲਣੇ ਆ ਦੀਵੇ ਕਹਿੰਦਾ ਭਾਵੇਂ ਜਿੰਨੇ ਮਰਜ਼ੀ ਲੱਗ ਜਾਣ ਤੇ ਮਾਣ ਉਧਰਲੇ ਪਾਸੇ ਭਰਾ ਸਾਡਾ ਸਾਤੋਂ ਸਦਾ ਲਈ ਵਿਛੜਿਆ ਤੇ ਬਾਈ ਕਹਿੰਦੇ ਵੀ ਆਪਾਂ ਮਾਣ ਕਰਨਾ ਹੈ ਉਹਨਾਂ ਮੁੰਡਿਆਂ ਦਾ ਜਿਹੜੇ ਫਸ ਰਹਿਣਗੇ ਸਾਰੀ ਟੀਮ ਨੂੰ ਕਦੇ ਕੱਪ ਦਿੱਤੇ ਜਾਣੇ ਆਊਗਾ ਬਿਲਕੁਲ ਉਹਦਾ ਏਰੀਆ ਜੀ 11-10 ਹੈਲੋ ਹੈਲੋ ਹਾਂਜੀ ਬਿਲਾਸਪੁਰੀਆ ਬੜੀਆ ਜੀ ਲਾਈਵ ਪੇ ਬੈਠਾ ਇੱਧਰ ਖੱਬੇ ਸੱਜੇ ਪਾਸੇ ਬਣਾਣੀ ਫਿਰ ਹਾਂਜੀ ਹਾਂਜੀ ਮੇਰੇ ਹਿਸਾਬ ਸੇ ਆਵਾਜ਼ ਲੱਗ ਰਹੀ ਹੈ ਮੁਝੇ ਸਹਿਦੇਵ ਕੀ ਹਾਂ ਠੀਕ ਹੈ ਬਾਈ ਫਿਰ ਫਰੀ ਹੋ ਕੇ ਕਰੇਂਗੇ ਸਹਿਦੇਵ ਦੀ ਬੜੀਆ ਟੂਰਨਾਮੈਂਟ ਕਰਾਇਆ ਆਪਣੇ ਮੈਂ ਲਾਈਵ ਪੇ ਬੈਠਾ ਤਾ ਜੀ ਪੰਜਾਬ ਦੇ ਟੂਰਨਾਮੈਂਟ ਹੈ ਮੈਂ ਪਹਿਲੇ ਤਾਰੀਫ ਕਰਕੇ ਹਟਾਊ ਆਪ ਕੀ ਲਾਈਵ ਮੈਂ ਅੰਕਿਤ ਬਾਈ ਨਹੀਂ ਨਹੀਂ ਵਧੀਆ ਹੋ ਗਿਆ ਮੈਂ ਪਤਾ ਕਿਹਾ ਮੈਂ ਰਵੀ ਔਰ ਚੀਤੇ ਕਾ ਮੈਚ ਚੱਲ ਰਿਹਾ ਮੈਂ ਲਾਈਵ ਪੇ ਬੈਠਾ ਹੂੰ ਬਾਕੀ ਬਾਤ ਹਮ ਬਾਅਦ ਮੇ ਕਰ ਲੇਂਗੇ ਬਹੁਤ ਦਿਲ ਖੁਸ਼ ਹੋਇਆ ਬਾਈ ਵਧੀਆ ਟੂਰਨਾਮੈਂਟ ਹਾਂ ਹਾਂ ਬਾਕੀ ਫਰੀ ਹੋ ਕੇ ਕਰੇਂਗੇ ਬਾਤ ਬਾਈ ਓਕੇ ਅੰਕਿਤ ਬਾਈ ਧੰਨਵਾਦ ਜੀ ਹਾਂਜੀ ਹਾਂਜੀ ਵੀਰੇ ਛੋਟੂ ਦਾ ਮੈਚ ਚੱਲੀ ਜਾਂਦਾ ਵੀਰੇ ਤਿੰਨ ਨੰਬਰ ਤੇ ਸ਼ਾਸਤਰੀ ਨਹੀਂ ਆਇਆ ਜੀ ਵਧੀਆ ਨਾਸਿਰ ਅਨਵਰ ਵਧੀਆ ਬਾਈ ਪੁਆਇੰਟ ਮੇਰੇ ਹਿਸਾਬ ਨਾਲ ਵੀਰੇ 10 ਬਰਾਬਰ ਹੋਣਗੇ ਜੀ ਬਾਕੀ ਪੁੱਛ ਲੈਂਦੇ ਹਾਂ 11-10 ਜਾਂ 10 ਬਰਾਬਰ ਸਕੋਰ ਕਿੰਨੇ ਆ ਵੀਰੇ ਸਕੋਰ 13 ਉੱਧਰ 10 13-10 ਪੁਆਇੰਟ ਆ ਜੀ 13-10 13 ਸਪੇਸ ਵਿਕਾਸ ਦੇ 10 ਉੱਧਰ ਵਧੀਆ ਵਧੀਆ ਸਹਿ ਵਧੀਆ ਵੀਰੇ ਪ੍ਰਬੰਧ ਕੀਤਾ ਲਓ ਜੀ ਤਰਨ ਇੱਧਰ ਕਿੰਨੇ ਕਿੰਨੇ ਹੋ ਗਏ ਉਹ ਭਰਾ ਕਹਿੰਦੇ ਆ ਵੀ ਬਾਈ ਥੋੜਾ ਤਰੇੜ ਪੈ ਕੇ ਨਾ ਕਈ ਵਾਰੀ ਪਲੱਗ ਗਿੱਲੇ ਹੋ ਜਾਂਦੇ ਤੇ ਖਿਡਾਰੀ ਵੀਰ ਕਈ ਵਾਰੀ ਨੰਗੇ ਪੈਰੋਂ ਲੰਘਣ ਲੱਗ ਰਿਹਾ ਤੇ ਪਲੱਗਾਂ ਦਾ ਥੋੜਾ ਧਿਆਨ ਰੱਖਿਓ ਮੇਰਾ ਵੀਰ ਬਣ ਕੇ ਸੋ ਸਾਰੇ ਸੂਝਵਾਨ ਬੜੇ ਸਿਆਣੇ ਹੋ ਮੇਰਾ ਵੀਰ ਬਣ ਕੇ ਨਾਲ ਹੀ ਰੀਤੇ ਤਰ ਇੱਕ ਨੰਬਰ ਦੋ ਨੰਬਰ ਗਰਾਊਂਡ ਦੀ ਇੱਕ ਲਾਈਟ ਉਹ ਚਲਦੀ ਚਲਦੀ ਜੀ ਬੰਦ ਹੋ ਗਈ ਹੈ ਮੇਰਾ ਬਾਈ ਇਹਦੀ ਸਹੀ ਕਰਕੇ ਜਾਓ ਜੀ ਪਾਣੀ ਵਾਲੇ ਕਲੱਬ ਵਾਲੇ ਮੁੰਡੇ ਨੂੰ ਮੈਂ ਬੇਨਤੀ ਕਰਦਾ ਮੇਰਾ ਵੀਰ ਬਣ ਕੇ ਪਾਣੀ ਦਾ ਪ੍ਰਬੰਧ ਆਪਾਂ ਆਪ ਕਰ ਦਈਏ ਇੱਕ ਬੋਤਲ ਬੇਸ਼ੱਕ ਭਰ ਕੇ ਰੱਖ ਦਈਏ ਦੋਨੋਂ ਪਾਸੇ ਇੱਕੋ ਹੀ ਦਿਨ ਨੂੰ ਕੰਮ ਕਹਿਣਾ ਮੈਂ ਸਾਰਾ ਦਿਨ ਨਹੀਂ ਤੂੰ ਕਰਦਾ ਇੱਕ ਨੰਬਰ ਪਾਣੀ ਕਿਉਂਕਿ ਬੇਸ਼ੱਕ ਠੰਡਾ ਹੈ ਪਰ ਖਿਡਾਰੀਆਂ ਦਾ ਬਹੁਤ ਜ਼ੋਰ ਲੱਗਦਾ ਖਾਸ ਕਰਕੇ ਜਿਹੜੇ ਗੱਟਦੇ ਖੇਡਦੇ ਨਾ ਮੁੰਡੇ ਤੇ ਇਹਨਾਂ ਦੀ ਯਾਰ ਬਹੁਤ ਮਿਹਨਤ ਹੈ ਯਾਰ ਯਾਰ ਗੱਟ ਵਾਲੇ ਮੁੰਡਿਆਂ ਲਈ ਇੱਕ ਵਾਰੀ ਤਾੜੀ ਮਾਰ ਦੋ ਜ਼ੋਰਦਾਰ ਯਾਰ ਸਾਰੇ ਗੱਟ ਵਾਲੇ ਮੁੰਡੇ ਬਹੁਤ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਹੈ ਕਿਉਂਕਿ ਕੱਚੀ ਖੇਡ ਮੇਰੇ ਮਿੱਤਰੋਂ 90% ਜਿਹੜੀ ਨੈੱਟ ਮੈਨ ਦੇ ਡਿਪੈਂਡ ਹੋ ਕੇ ਖੜ ਜਾਂਦੀ ਹੈ ਨੈੱਟ ਮੈਨ ਚੰਗਾ ਹੋਵੇ ਤੇ ਗੱਲਾਂ ਬਣ ਜਾਂਦੀਆਂ ਮੇਰੇ ਮਿੱਤਰੋ
ਪਾਣੀ ਵਾਲੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਜਿਹੜੇ ਡਿਊਟੀ ਆ ਉਹ ਜ਼ਰੂਰ ਸਾਂਭ ਲੈਣ, ਔਰ ਇਧਰ ਵਾਲੇ ਪਾਸੇ ਚਾਹ ਦਾ ਲੰਗਰ ਵੀ ਟੁੱਟ ਚੱਲ ਰਿਹਾ ਹੈ, ਜਿਹੜੇ ਵੀਰ ਚਾਹ ਦੇ ਚਾਹਵਾਨ ਹੈ ਉਹ ਚਾਹ ਦਾ ਲੰਗਰ ਵੀ ਜ਼ਰੂਰ ਛੱਕ ਲੈਣਗੇ। ਇਧਰ 13:10 12 ਵਜੇ 13:10 ਉਂਦੀਆਂ ਦਾ ਮੈਚ ਹੈ, ਠੀਕ ਹੈ ਆਪਣੂੰ 6 ਵਜੇ ਦਾ ਟਾਈਮ ਦਿੱਤਾ। ਨਾਲ ਹੀ ਬੇਨਤੀ ਹੈ ਜੀ ਸਵਰਗੀ ਬਲਜੀਤ ਕੌਰ ਕਲੱਬ ਮੁਹੰਮਦਗੜ੍ਹ ਵਾਸੀ ਤੋੜ ਦਿੰਦਾ, ਇਹ ਮੁੰਡੇ ਬਲਜੀਤ ਗਰਾਊਂਡ ਨੰਬਰ 3 ਦੇ ਬਿਲਕੁਲ ਨੇੜੇ ਆ ਜਾਣਗੇ। ਇਸ ਤੋਂ ਬਾਅਦ ਸਵਰਗੀ ਬਲਜੀਤ ਕੌਰ ਕਲੱਬ ਮੁਹੰਮਦਗੜ੍ਹ ਵਰਸਜ ਕੋਟ ਦਿੰਦਾ, ਇਹ ਮੁੰਡੇ ਬਾਈ ਜੀ 3 ਦੇ ਬਿਲਕੁਲ ਨਜ਼ਦੀਕ ਆ ਜਾਣਗੇ। ਇਹਦੀ ਮੈਚ ਬਹੁਤ ਸੋਹਣਾ ਖੇਡਿਆ ਜਾਊਗਾ, ਪਰ ਇਧਰਲੇ ਪਾਸੇ ਖੇਡ ਚੱਲ ਪਿਆ ਕੰਮ ਮੇਰੇ ਮਿੱਤਰ, 13-10 ਦੀ ਟੱਕਰ ਆ, 13-10 ਜਿਹੜਾ ਬਾਹਰੋਂ ਸੱਦਿਆ ਬਾਰੇ ਕੇ ਪਿੰਡ ਦਾ ਵਿਕਾਸ, ਇਹਨੂੰ ਕਹਿਣਾ ਪੈਣਾ ਵੀ ਬਾਈ ਤੈਨੂੰ ਜਿਹੜੇ ਕੰਮ ਨੂੰ ਸੱਦਿਆ ਨਾ ਉਹ ਕੰਮ ਕਰਕੇ ਦਿਖਾਉਣਾ ਪਊਗਾ, ਨਹੀਂ ਤੇ ਸੋਹਣਾ ਵੀਰਾ ਜੇ ਤੂੰ ਜਾਂਦਿਆਂ ਜਾਂਦਿਆਂ ਸੋਹਣਿਆ ਵੀਰਾ ਦੇਣ ਚੜ ਜਾਣਾ, ਕਿਉਂਕਿ ਵਾਟਾਂ ਪਹਿਲਾਂ ਹੀ ਦੂਰ ਦੀਆਂ ਤੇ ਕੱਲਾ ਕੱਲਾ ਕਿਲੋਮੀਟਰ ਫੇਰ ਤੇ ਮੁਕਾਇਆ ਨਹੀਂ ਉਹ ਮੁੱਕਣਾ। 13-10 ਦੀ ਟੱਕਰ ਆ ਵੀ ਕਦੇ ਨਾ ਗਰਾਊਂਡ ਚ ਵੱਜਣ ਥਾਪੀਆਂ ਮੇਰੇ ਚੌਰ ਤੇ ਕੜੀ ਤੇ ਉਹਨਾਂ ਕੀ ਸਰਾਪੇ ਦੀ ਕਿਤਾਬ ਨੀ ਪੜ੍ਹੀ ਤੇ ਢਿੱਲੋ ਟਾਵੇਂ ਪੈਰ ਛੱਡਦੇ ਨਿਸ਼ਾਨ ਚੱਕਦੇ, ਕੋਈ ਨਰੂਏ ਦੇ ਚੇਲੇ ਅਫਗਾਨ ਚੱਕਦੇ ਤੇ ਡਰੂਆਂ ਦੇ ਨਾਨਕੇ ਲਾਹੌਰ ਨੀ ਹੁੰਦੇ ਤੇ ਲਿਮਟਾਂ ਤੇ ਚੱਕੀਆਂ ਦਾ ਜਾਣ ਅਣਖਾ ਅਕਲਾਂ ਨੂੰ ਪੈਂਦੇ ਕਦੇ ਚੋਰ ਨੀ ਹੁੰਦੇ। ਆਊਟ ਬਾਲ, ਆਊਟ ਹੈ ਜੀ, ਆਊਟ ਆਊਟ ਬਾਲ 15 ਨੇ ਬਾਲ ਆਊਟ ਆ ਦੇ 15 ਨੰਬਰ ਹੋ ਗਏ। ਇਧਰਲੇ ਪਾਸੇ ਰਾਮਕੋਟ ਦੀ ਟੀਮ ਵੀ ਦੂਜੇ ਪਾਸੇ 10 ਦੇ ਚੱਕੇ ਜਾਮ ਹੈ ਤੇ ਇੱਧਰ ਵੀ 10 ਨੰਬਰ ਵਾਲਾ ਕਿੰਨੇ ਕਿੰਨੇ ਸਕੋਰ ਹੋ ਗਿਆ ਹੈ। ਉਧਰਲੇ ਪਾਸੇ ਵੀ ਸੰਘਰਸ਼ ਥੋੜਾ ਲੰਬਾ ਚੱਲੂ ਮੈਨੂੰ ਲੱਗਦਾ, ਇੱਕ ਤੇ ਐਂਡ ਗੱਲਬਾਤ ਵਾਲਾ ਲਾਈਵਾ, ਦੋ ਤੇ ਆਪਣਾ ਲਾਈਵਾ, ਤਿੰਨ ਤੇ ਮਾਲਵੇ ਵਾਲਾ ਲਾਈਵਾ ਜੀ ਨੰਦਗੜ੍ਹ ਦਾ, ਇੱਕ ਤੇ ਆਪਰੇ ਐਂਡ ਗੱਲਬਾਤ ਵਾਲੇ ਮੁੰਡੇ ਦੇ ਲਾ ਵੀ 5 ਨੰਬਰ ਆ ਬਈਆਲ ਦੀ ਟੀਮ ਤੇ 6 ਨੰਬਰ ਆ ਚੈਨੇਆਲ ਦੀ ਟੀਮ ਦੇ ਨਾਲ ਵੀ ਪਰਮ ਦੀ ਸਮੈਸ਼ ਕਿਵੇਂ ਲੱਗੀ ਇੱਕ ਵਾਰੀ ਤਾਰੀ ਮਾਰ ਦੋ ਜ਼ੋਰ ਦੇਣੇ। ਇਹ ਆ ਪਰਮ ਕਹਿੰਦੇ ਕਿਸੇ ਗੱਲ ਕਰਕੇ ਹੋਇਆ ਖਿਡਾਰੀ ਦਾ, ਕਿਉਂਕਿ ਮਾਣ ਉਹਨਾਂ ਦੇ ਹੁੰਦੇ ਆ ਜਿਨ੍ਹਾਂ ਚ ਕੋਈ ਗੱਲ ਬਾਤ ਹੁੰਦੀ ਆ, ਐਨ ਕਹਿੰਦੇ ਸਵਾਦ ਵੱਖਰਾ। ਇੱਧਰ 6 ਤੋਂ 7 ਕਰਦੇ ਲਈ ਬਈਆ ਜੀ ਕਹਿੰਦੇ ਜੰਦੀ ਵਾਲੀਬਾਲ ਦਾ ਪ੍ਰਿੰਸ ਖਿਲਾਉਂਦਾ ਤੇ ਦੂਜੇ ਪਾਸੇ ਮਾਜਰੇ ਵਾਲਾ ਵੀ ਕਹਿੰਦੇ ਡਾਇਮੰਡ ਆ ਚੱਲਦੇ ਟਾਈਮ ਦਾ ਗੱਭਰੂ ਪੀਕ ਤੇ ਆ ਲਾਡੀ ਹੋਣਾ ਸੱਦਿਆ ਵੀ ਅੱਖ ਕਹਿੰਦੇ ਮੁੰਡਿਆਂ ਦੀ ਮੈਲੀ ਆ ਵੀ ਲੋਕਾਂ ਦੇ ਆ ਦਿਲਾਂ ਚ ਕਿਆ ਬਾਤ ਹੈ। ਲੈ ਵੀ ਬਾਈ ਯਾਰ ਮੈਚ ਕਿਵੇਂ ਲੱਗਿਆ ਜਿਹੜੇ ਸਥੇ ਟੂਰਨਾਮੈਂਟ ਤੇ, ਇੱਕ ਵਾਰੀ ਯਾਰ ਪ੍ਰਬੰਧਕੀ ਕਮੇਟੀ ਲਈ ਤਾੜੀ ਮਾਰਦੇ ਜ਼ੋਰਦਾਰ ਜੇ ਮੈਚ ਚੰਗੇ ਲੱਗ ਰਿਹਾ ਮੇਰਾ ਬਾਈ, ਬਹੁਤ ਟੌਪ ਦੇ ਮੈਚ ਖੇਡੇ ਜਾ ਰਹੇ ਆ, ਐਂਡ ਕਦੇ ਟੀਮਾਂ ਭਿੜ ਰਹੀਆਂ ਸਵਾਗ ਵੱਜਿਆ ਪਿਆ ਖਜਨਾਵਰ ਵਾਲਾ ਕਹਿੰਦੇ ਚੀਤਾ ਸੈਂਟਰ ਦੇ ਵਿੱਚ ਕਰਤਾ ਉਧਰ ਕਿਆ ਬਾਤ ਹੈ ਬਾਹ ਦਿੰਦਾ ਕੋਈ
ਧੰਨਵਾਦ ਜੀ, ਧੰਨਵਾਦ ਗੁਰਸਿਮਰਨ ਚੰਨੂ ਵਾਲਾ ਭਰਾ ਆਪਣਾ, ਬਹੁਤ ਬਹੁਤ ਧੰਨਵਾਦ। ਸਕੋਰ ਕਰਦੇ ਆ ਪਤਾ, ਕਰਦੇ ਆ ਸਕੋਰ ਪਤਾ ਜੀ, 34 ਨਹੀਂ ਆਇਆ ਨੰਬਰ ਬਰਾਬਰ ਹੋ ਗਏ। ਇੱਕ ਵਾਰੀ ਤਾੜੀ ਤੇ ਮਾਰ ਦੇਣੇ, ਤਾੜੀ ਮਾਰ ਦੇਣੀ ਲਹਾਰਿਆਂ ਨੇ ਸਾਧਨਾ ਮੈਦਾਨ ਦੀ ਗੱਲ ਬਣਦੀ ਹੈ, ਤਾੜੀ ਤੂੜੀ ਮਾਰਦਿਆਂ ਕਰੋ, ਰੋਲੇ ਰੱਪੇ ਵੀ ਪੈਣੇ ਚਾਹੀਦੇ ਮਾੜਾ ਮੋਟਾ। ਛੋਟੂ ਆਇਆ ਜੀ, ਹੁਣ ਨਜ਼ਾਰਾ ਲੈ ਕੇ ਆਇਓ, ਆਹ ਗੱਲਾਂ ਹੋਣਗੀਆਂ, ਬੈਠੇ ਹੋਏ ਤੇ ਇਹਨੇ ਵੀ ਨਜ਼ਾਰਾ ਆਈ ਜਾਂਦਾ ਤੇ ਨਜ਼ਾਰਾ ਚਾਈ ਜਾਂਦਾ, ਮਾਜਰੇ ਵਾਲਿਆਂ ਮੋੜੀ ਆਉਂਦੇ ਆ, ਆਹ ਪੱਲੇ 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 ਹੋਈ ਜਾਂਦੀ ਆ, ਰੋਲੇ ਰੱਪੇ ਪੱਟੇ ਨੇ ਪਾਪਾ ਜਿਵੇਂ ਮੇਰੇ ਮਿੱਤਰੋ ਅੱਜ ਹਜ਼ਾਰ ਚੇਰੇ ਵਾਲੀ ਆ, ਤੇ ਨਾਲ ਕਹਿੰਦੇ ਸੁਖਦੀਪ ਖੇਡਦੇ ਨਾਲ ਫੌਜੀ ਅੜ ਗਿਆ ਤੇ ਸੈਂਟਰ ਚ ਜੋਗੀ ਆ, ਆਹ ਗੱਲਾਂ ਕਹਿੰਦੇ ਹੋਣਗੀਆਂ ਮੇਰੇ ਮਿੱਤਰੋ, ਆਹ ਨੰਬਰ ਹੁਣ ਕੌਣ ਜੋੜਦਾ, ਉਧਰ ਸੈਂਟਰ ਦੇ ਵਿੱਚ ਮਾਜਰੇ ਵਾਲਾ ਕਹਿੰਦੇ ਛੋਟੀ ਆ, ਇਧਰਲੇ ਪਾਸੇ ਕਹਿੰਦੇ ਜੋਤੀ ਆ, ਪਰ ਜੋਤੀ ਉਹਦੇ ਸਾਰੇ ਤੇਰੇ ਰੱਜ ਕੇ ਭੇਤੀ ਆ, ਆਹ ਸੋਹਣਿਆ ਮੋੜੀ ਆਉਂਦੇ ਆ ਤੇ ਬਾਲ ਆਊਗਾ ਨੰਬਰ ਮੇਰੇ ਮਿੱਤਰੋ, ਇੱਕ ਜਿਹੜਾ ਫੇਰ ਆਹ ਸਾਹਮਣੇ ਕਹਿੰਦੇ ਬਈਏਵਾਲ ਕਿਚਰ ਚੱਕ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ, ਜਿਹੜੀ ਟੀਮ ਅੱਜ ਦਾ ਟੂਰਨਾਮੈਂਟ ਜਿੱਤੂਗੀ, ਸਾਡਾ ਭਰਾ ਸਾਡੇ ਸਵਾ ਲਈ ਵਿਛੜ ਗਿਆ ਮਾਨ ਜਸਪਾਲ ਮਾਂਗਰਾਲਾ, ਉਹਦੀ ਯਾਦ ਦੇ ਵਿੱਚ ਵਿੱਕੀ ਵਰਗੇ ਭਰਾ ਕਹਿੰਦੇ ਵੀ ਪਿੰਡ ਦੇ ਟੂਰਨਾਮੈਂਟ ਤੇ ਆਪਾਂ ਸਾਰੀ ਟੀਮ ਨਾਲ ਸਰਕਾਰ ਕੋਈ ਸ਼ੱਕ ਨੀ, ਕੋਈ ਸ਼ੱਕ ਨੀ, ਮਾਜਰਾ ਆਇਆ ਮੇਰੇ ਬਿਲਕੁਲ ਆਇਆ ਮਾਜਰਾ, ਮੈਂ ਚੱਲੀ ਜਾਂਦਾ ਜੀ, ਮੈਂ ਚੱਲ ਰਿਹਾ ਲੋਹਾਰਾ ਪੈਣ ਦੇ ਸੁਰੇਸ਼ ਸੁਰੇਸ਼ ਓ ਹੋਏ ਰਾਮ ਕਹਿੰਦੇ ਤੁਸੀਂ ਰਾਮ ਨਾਮ ਲੁੱਟ ਲੋ ਤੇ ਆਪ ਬਾਬੇ ਮੌਜਾਂ ਲੁੱਟ ਲੈ, ਕਹਿੰਦੇ ਡੀਜੇ ਜਾਨੀ ਦੀ ਲੱਗੀ ਹੋਈ ਸੌਂਗ ਆ ਮੇਰੇ ਮਿੱਤਰੋ, ਲਹਾਰੇ ਦੀ ਗਰਾਊਂਡ ਆ ਤੇ ਨਜ਼ਾਰੇ ਕਹਿੰਦੇ ਬੱਜੇ ਪਏ ਆ ਮੇਰੇ ਮਿੱਤਰੋ, ਵੱਡੇ ਵੱਡੇ ਮਨ ਪੁੱਜੇ ਹੋਏ ਅੱਜ ਦੇ ਵੱਡੇ ਕੱਪਦੇ, ਤੇ ਜਿੱਤਦਾ ਕੌਣ ਆਹ ਸਿੱਖ ਦਾ ਕੌਣ ਇਹ ਸ਼ੱਕ ਤੇ ਰਹਿਣੀ ਆ, ਆਹ ਮੇਲਾ ਕਹਿੰਦੇ ਲੁਹਾਰੇ ਦਾ ਧੱਕਦੇ ਪੈਣੀ ਪੈਣੀ ਆ, ਮੇਲਾ ਲੁਹਾਰੇ ਦਾ, ਉਧਰ ਸੁਨੇਹ ਦੀ ਟੱਕਰ ਰਹੀ ਨਾਲ, ਇਧਰ ਚੌਂਤੀ ਦੇ ਛੋਟੂ ਛੋਟੂ ਤੇ ਚੌਂਤੀ, ਆਹ ਕਿਵੇਂ ਨਜ਼ਾਰੇ ਬੱਚੇ ਪਏ ਆ ਮੇਰੇ ਮਿੱਤਰੋ, ਆਹ ਗੱਲਾਂ ਕਹਿੰਦੇ ਫੁੱਟੀਆਂ ਨੇ ਮੇਰੇ ਵੀਰੋ ਗੁਰਦਾਸ ਦਾ ਨਾਮ, ਪਿੰਡ ਦਾ ਨਾਮ ਦੱਸੋ ਜੀ, ਦੱਸਾਂਗੇ ਜ਼ਰੂਰ, ਰਾਜੇ ਖੇਲੇ ਸੱਜੇ ਸੱਜਣ ਸੱਜੇ ਸੱਜਣ ਮਿਲਦੇ ਜੱਫੀਆਂ ਪਾ ਕੇ ਅੱਜ ਦੇ ਕਹਿੰਦੇ ਮੇਲਾ ਮਿੱਤਰਾਂ ਦਾ, ਇੱਧਰ ਮੇਲਾ ਮੇਲੀਆਂ ਬੇਲੀਆਂ ਦਾ, ਆਹ ਗੱਲਾਂ ਹੁੰਦੀਆਂ ਨੇ, ਰਾਂਝਾ ਭਾਈਆਂ ਨੂੰ ਛੱਡ ਤਬਦੀਲ ਹੋਇਆ ਤੇ ਹੀਰ ਛੱਡ ਗਈ ਸਾਥ ਸਹੇਲੀਆਂ ਦਾ, ਐਨ ਗੱਲਾਂ ਕਹਿੰਦੇ ਟਿਕਾਣੇ ਦੇ ਪਾਸੇ ਭਰਾ ਸਾਡਾ ਦਿਲਪ੍ਰੀਤ ਗਿੱਲ ਵਸਦਾ ਵਿੱਚ ਕੈਨੇਡਾ ਦੀ, ਉਹ ਵੀ ਸ਼ੇਰੇ ਪੰਜਾਬ ਫੈਡਰੇਸ਼ਨ ਦੇ ਜਿਹੜੀ ਇਹਨਾਂ ਮੈਚਾਂ ਦਾ ਆਨੰਦ ਮਾਣਦਾ ਹੈ, ਔਰ ਭਰਾ ਸਾਡਾ ਕਹਿ ਰਿਹਾ ਜੀ ਜੋਤੀ ਆਹ ਚੱਲਦੇ ਹੋਏ ਮੈਚ ਦੇ ਵਿੱਚੋਂ ਜੇਤੂ ਰਹਿੰਦਾ ਤੇ ਜੋਤੀ ਦਾ ਮਾਣ
ਹੋਊਗਾ ਵੀ ਜਰੂਰ ਹੈ ਕਿਉਂਕਿ ਲਹਾਰੇ ਵਾਲੇ ਮੁੰਡੇ ਖੇਡਾਂ ਨੂੰ ਪਿਆਰ ਕਰਦੇ ਆ। ਇਧਰਲੇ ਪਾਸੇ ਵੀ ਜ਼ੋਰ ਤੇ ਜਵਾਨੀ ਹੁੰਦੀ ਉਮਰਾਂ ਦਾ ਖੇਡ ਪਈ ਇਹਦੇ ਵਿੱਚ ਹੁੰਦਾ ਯਾਰ ਸਾਨਾ ਵਾਲਾ ਭੇੜ ਬਈ ਇਹਦੇ ਵਿੱਚ ਹੁੰਦਾ ਯਾਰ ਸਾਨਾ ਵਾਲਾ ਭੇੜ ਬਈ ਉਧਰੋਂ ਕਹਿੰਦੇ ਲਾਰੀ ਵੀ ਮੋੜਨਾ ਪਿਆਰਾ ਯਾਰਾਂ ਦਾ ਯਾਰ ਰਾਈ ਤੇ ਆ ਗਿਆ ਜਰਦੇ ਵੱਡੇ ਹੁਣ ਵੀ ਪਿਆਰ ਪਈ ਜਾਂਦਾ ਆਹ ਗੱਲਾਂ ਕਹਿੰਦੇ ਹੁੰਦੀਆਂ ਨੇ ਮੇਰੇ ਮਿੱਤਰੋ ਕਮਾਲ ਹੋਈ ਪਈ ਬੱਲੇ ਆਓ ਆਓ ਸਾਹਮਣੇ ਓਏ ਤਗੜੀ ਵਾਲ ਓਏ ਚੀਤੇ ਯਾਰ ਬਹੁਤ ਤਗੜੀ ਵਾਲ ਮਾਰੀ ਖਜਨਾਵਰ ਵਾਲੇ ਨੇ ਲਓ ਵੀ ਭਰਾ ਸੜੀ ਕਨੇਡਾ ਮਾਰ ਕੀਤੇ ਤਾਂ ਬੋਲਾਂ ਦੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਨਾਲ ਹੀ ਤਲਵੰਡੀ ਵਾਲੇ ਤੇਰੇ ਲਈ ਵੱਡੇ ਮਾਣ ਕਰਨੇ ਵੀਰ ਸਾਡਾ ਸੜੀਆ ਕਨੇਡਾ ਤੋਂ ਇਹ ਵੀਰ ਦੀ ਬਰਾਬਰ ਦਾ ਮੇਲਾ ਜੁੜਿਆ ਹੋਇਆ ਲਗੀ ਗੱਲਾਂ ਕਹਿੰਦੇ ਵੱਡੀਆਂ ਨੇ ਆਹ ਭਰਾ ਸਾਡੇ ਦੀਆਂ ਬਹੁਤ ਵੱਡਾ ਧੰਨਵਾਦ ਕਰ ਲਈਏ ਚਰਚੇ ਕਹਿੰਦੇ ਵੱਡੇ ਆਹ ਬੱਲੇ ਵੱਡਾ ਧੰਨਵਾਦ ਆ ਕਨੇਡਾ ਵਾਲੇ ਭਰਾ ਨੇ ਵੱਡੇ ਮਾਰ ਜਿਹੜੇ ਭੇਜੇ ਆ ਵੀ ਪੂਰਾ ਗੱਡੇ ਵਾਂਗੂ ਵਾਹੀਦਾ ਸਰੀਰ ਨੂੰ ਪੂਰਾ ਗੱਡੇ ਵਾਂਗੂ ਵਾਹੀਦਾ ਸਰੀਰ ਨੂੰ ਤੇ ਮਿਹਨਤ ਕਰੀ ਦੀ ਰੱਜ ਕੇ ਆਹ ਬੀਗੜੇ ਤੇ ਲਿਬੜੇ ਹੀ ਮਿਲੀਦਾ ਤੇ ਵੀਕਐਂਡ ਟੌਰ ਕੱਢ ਕੇ ਪੂਰਾ ਗੋਲੀ ਵਾਂਗੂ ਚੱਲਣਾ ਮੈਨੇਜਰ ਵੀ ਪਿੰਡ ਲਹਾਰਾ ਮੇਰੇ ਮਿੱਤਰੋ ਐਨ ਕਹਿੰਦੇ ਭਰਾਵਾਂ ਨੇ ਪ੍ਰਸਿੱਧ ਕਰ ਦਿੱਤਾ ਕਾਫੀ ਦਿਨਾਂ ਤੋਂ ਰੌਲਾ ਰੱਪਾ ਪਿਆ ਰੌਲਾ ਰੱਪਾ ਲੁਹਾਰੇ ਦੇ ਮੇਲੇ ਦਾ ਤੇ ਅੱਜ ਮੁੱਕ ਜੂਗਾ ਬਾਲ ਆਊਟ ਹੈ ਜੀ ਬਾਲ ਜਿਹੜੀ ਆਊਟ ਆ ਖੇਡਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਵੀ ਮਾਰਾ ਹੁੰਦਾ ਘਰ ਚ ਕਰੋਸ ਡੇਲੀ ਦਾ ਸਪੀਕਰ ਤੇ ਫੋਨ ਲਾਈ ਦਾ ਨੀ ਸਹੇਲੀ ਦਾ ਡਰੀਏ ਖੁਦਾ ਤੋਂ ਪੈਰੋਂ ਨਾ ਥੁੱਕੀਏ ਲੱਭ ਲੈ ਵੀ ਮੌਤ ਵੀ ਭਾਵੇਂ ਜਿੱਥੇ ਲੁਕੀਏ ਸਾਂ ਲੱਗੇ ਰਾਤਾਂ ਨੂੰ ਨਾ ਸੌਂਦੇ ਬੱਲੇ ਕਿੰਨਾ ਹੁੰਦਾ ਪੜਨਾ ਸਟਾਰ ਕਰਦੇ ਟਾਈਡਰ ਇੱਜ਼ਤਾਂ ਦੇ ਕਾਂਗਰਸ ਗਰਾਊਂਡ ਨੰਬਰ ਦੋਰੇ ਬਿਲਕੁਲ ਨਜ਼ਦੀਕ ਆ ਜਾਣਗੇ ਮੇਰੀ ਗੁਜ਼ਾਰਿਸ਼ ਹੈ ਜਿਹੜਾ ਵੀ ਇਧਰਲੇ ਪਾਸੇ ਮੈਚ ਜਿੱਤ ਗਿਆ ਤੇ ਕਦੇ ਗੱਲਬਾਤ ਜਿਹੜੀ ਮਾਨਾ ਸਰਮਾਨਾ ਦੀ ਆ ਪਾਸੇ ਰਵੀ ਭੱਲੇ ਰੱਬ ਤੇ ਧਰਤੀ ਥੱਲੇ ਆ ਕਿਵੇਂ ਕੁੱਟ ਕਟਾਪਾ ਕਹਿੰਦੇ ਲੁਹਾਰੇ ਦੇ ਵਿੱਚ ਹੋਈ ਜਾਂਦਾ ਤੇ ਘੋਗੇ ਦੇ ਪੈਰ ਹੀ ਥੱਲੇ ਕੂੜੀਆਂ ਆ ਕਿਵੇਂ ਪ੍ਰੋਬਲਮ ਆਇਆ ਹੋਇਆ ਤੇ ਪਿੰਦਰੀ ਪਰਾੜ ਕਹਿੰਦੇ ਅਕਲੀ ਸਪੀਕਰ ਨੇੜੇ ਪਏ ਅੱਜ ਤਾਂ ਆਵਾਜ਼ ਘੱਟ ਆਉਂਦੀ ਸਪੀਕਰ ਨੇੜੇ ਆ ਜੀ ਉਹਦੀ ਯਾਰੀ ਆ ਪਈ ਆਉਣੇ ਚੋਟੀ
ਅਗਲੀ ਵਾਲਾ ਪਿੰਦਰੀ ਕਹਿੰਦਾ 11,000 ਦੇਣਾ ਕਹਿੰਦਾ ਵੀ ਅਗਲੀ ਵਾਲਾ ਪਿੰਦਰੀ ਕਹਿੰਦਾ ਬੱਚੇ ਪਾਰ ਕਰ ਦਿਆਂਗੇ ਸਕੋਰ ਉਧਰ ਕਿੰਨੇ ਹੋ ਗਏ 12 ਹੋ ਗਏ 13 ਹੋ ਗਏ ਬਾਈ ਦੀ ਬੇਨਤੀ ਆ ਕਲੱਬ ਵਾਲੇ ਮੁੰਡੇ ਨੂੰ 65 ਲੱਗਿਆ 11 ਹੋ ਗਏ ਉਧਰ ਇੱਕ ਨੰਬਰ ਗਰਾਊਂਡ ਦੇ ਉੱਤੇ ਨਾ ਫੁੱਗਾਂ ਦੀ ਟੀਮ ਦਾ ਇੱਕ ਰੈਫਰੀ ਬੈਠਾ ਉਹਨਾਂ ਨੂੰ ਆਪਾਂ ਫ੍ਰੀ ਕਰੀ ਉੱਧਰ ਇੱਕ ਮੁੰਡਾ ਲਾ ਦਈਏ ਬਾਈ ਉੱਧਰ ਤਾਂ ਜੋ ਫਿਰ ਉਹਨਾਂ ਦਾ ਮੈਚ ਆ ਬਾਈ ਦੋ ਤੇ ਜਿਹੜੀ ਟੀਮ ਜੇਤੂ ਰਹੇਗੀ ਉਹਦਾ ਹੀ ਮੈਚ ਆ ਫਿਰ ਆਪਾਂ ਨੂੰ ਰੈਫਰੀ ਖੇਡ ਵੀ ਉੱਦਾਂ ਲਾਉਣਾ ਪੈਣਾ ਉੱਥੇ ਸੋ ਮੈਂ ਬੇਨਤੀ ਕਰਦਾ ਮੇਰਾ ਵੀਰ ਬਣ ਕੇ ਇੰਨੀ ਕਿੱਪਾ ਥੋੜਾ ਕਲੱਬ ਵਾਲੇ ਮੁੰਡੇ ਨੂੰ ਮੇਰੀ ਬੇਨਤੀ ਹੈ ਮੇਰਾ ਵੀਰ ਉੱਧਰ ਰੈਫਰੀ ਆਪਾਂ ਕੋਈ ਹੋਰ ਲਾ ਦਈਏ ਕਿਉਂਕਿ ਚੁੱਕਿਆ ਵਾਲੇ ਮੁੰਡੇ ਦਾ ਮੈਚ ਹੈ ਜਿਹੜੀਆਂ ਮੇਰੇ ਮਿੱਤਰੋ ਕਹਿੰਦੇ ਕ੍ਰਿਕਟ ਦੇ ਵਿੱਚ ਇਹਨੇ ਹਿੱਟਾਂ ਲਾ ਦੀਆਂ ਨਾ ਤੇ ਲੋਕੀ ਕਹਿੰਦੇ ਵਾਇਰਲ ਕਰ ਦਿੰਦੇ ਪੱਲਾਂ ਦੇ ਵਿੱਚ ਵੀ ਸ਼ਾਟ ਇੱਦਾਂ ਦੇ ਵੀ ਲੱਗ ਸਕਦੇ ਆ ਇਹ ਕਹਿੰਦੇ ਮੁੰਡੇ ਦੀ ਵੱਡੀ ਚਰਚਾ ਹੈ ਕਾਸਕੋ ਦੀ ਦੁਨੀਆ ਦਾ ਵੀ ਵੱਡਾ ਚਿਹਰਾ ਤੇ ਇਧਰਲੇ ਪਾਸੇ ਦੇ ਕਹਿੰਦੇ ਇਹ ਵੀ ਪਤਾ ਗੱਲ ਕੀ ਆ ਪਹਿਲਾਂ ਸਾਡੇ ਵਾਲੇ ਮੈਚ ਵੀ ਰੌਲਾ ਪਿਆ ਇਹ ਲੈਣ ਚਾਹੀਦੇ ਉਹੀ ਪਤਾ ਲੱਗ ਗਿਆ ਜਦੋਂ ਲੈਣੀ ਹੈ ਨੀ ਇੰਨਾ ਹੁਣ ਜੇ ਮੱਲਾ 3 ਇੰਚ ਉਧਰ ਚਲਿਆ ਗਿਆ ਆਪਾਂ ਕਿਵੇਂ ਜਜਮੈਂਟ ਲਾਵਾਂਗੇ ਬਈ ਜੋ ਤਾਂ ਸਰਪੰਚ ਦਾ ਭਰਾ ਸਾਡਾ ਤਲਾ ਦਾ ਫਰਵਾਰੀ ਵਾਲਾ ਰੌਲੇ ਨੂੰ ਥਾਏ ਲੈਣ ਪੱਕੀ ਮੈਂ ਅਮਰੀਕ ਨੂੰ ਡਰਦੇ ਵੱਡੇ ਆ ਉਹ ਕਹਿੰਦਾ ਵੀ ਸਾਨੂੰ ਨੰਬਰ ਦੇ ਵਿੱਚ ਚੌਂਪੀ ਦੋ ਤੇ 1100 ਦੇ ਵੱਡੇ ਮਾਨ ਕਰ ਦਿਆਂਗੇ 1100 ਦੇ ਵੱਡੇ ਮਾਨ ਕਰ ਦਿਆਂਗੇ ਹਾਂਜੀ ਹਰਿੰਦਰ ਜੀ ਨਹੀਂ ਥਾਵੇਂ ਰੌਲਾ ਪੈ ਗਿਆ ਜੀ ਇੱਧਰ ਜੇ ਤੁਸੀਂ ਖੇਡਦੇ ਸੀ ਕਿਹੜਾ ਮੈਚ ਕੀ ਬਾਤ ਹੈ ਬਾਕੀ ਮੇਰੇ ਕੋਲੇ ਜਿਹੜੇ ਚ ਰੌਲਾ ਪਿਆ ਸੀ ਤੁਹਾਡਾ ਬਹੁਤ ਸੋਹਣੇ ਮੈਚ ਖੇਡੇ ਜਾ ਰਹੇ ਨੇ ਆਰੋਪੀ ਬਹੁਤ ਵੱਡਾ ਆਪਾਂ ਧੰਨਵਾਦ ਕਰਾਂਗੇ ਜਿਹੜੇ ਭਰਾਵਾਂ ਨੇ ਆਪਾਂ ਨੂੰ ਬਹੁਤ ਵੱਡੇ ਮਾਨ ਜਿਹੜੇ ਭੇਜੇ ਨੇ ਸਾਡੇ ਬਹੁਤ ਸਤਿਕਾਰਯੋਗ ਸੁਖਬੀਰ ਸਿੰਘ ਕਾਲਾ ਕੌਸਲ ਸਾਹਿਬ ਉਹਨਾਂ ਵੱਲੋਂ 11,000 ਦੂਜਾ ਪ੍ਰਾਈਜ ਪੀ ਐਸ ਕਾਕਾ ਜੀ ਉਹਨਾਂ ਵੱਲੋਂ ਵੀ 11,000 ਰੁਪਏ ਨਾਲ ਰਵਿੰਦਰ ਸਿੰਘ ਜੀ ਉਹਨਾਂ ਦੇ ਵੱਲੋਂ ਵੀ 11,000 ਰੁਪਏ ਹਰਦੀਪ ਸਿੰਘ ਜੀ ਢਿੱਲੋਂ 11,000 ਇਹਨਾਂ ਦੇ ਵੱਲੋਂ ਨਾਲ ਸਰਦੀਪ ਸਿੰਘ ਢਿੱਲੋਂ ਜੀ ਔਰ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਲੋਹਾਰਾ ਠੀਕ ਹੈ ਜੀ ਉਹਨੂੰ ਕੀ ਕਹਿੰਦਾ ਨਾਲ ਗੁਰਨਾਮ ਸਿੰਘ ਨਿੱਕੂ ਹੈ ਜੀ ਬਹੁਤ ਮਿਹਰਬਾਨੀ ਜੀ ਗੁਰਨਾਮ ਸਿੰਘ ਜੀ ਨਿੱਕੂ ਉਹਨਾਂ ਦੇ ਵੱਲੋਂ 11,000 ਰੁਪਇਆ ਨਾਲ ਸਾਡੇ ਬਲਵੀਰ ਸਿੰਘ ਰੇਤਾ ਪ੍ਰਧਾਨ ਜੀ 11,000 ਉਹਨਾਂ ਵੱਲੋਂ ਪਰਮਿੰਦਰ ਸਿੰਘ ਜੀ ਉਹਨਾਂ ਦੇ ਵੱਲੋਂ ਵੀ 11,000 ਰੁਪਇਆ ਬਲਵਿੰਦਰ ਸਿੰਘ ਕਾਲਾ ਜੀ 5100 ਸਦੀ ਢਿੱਲੋਂ ਕਨੇਡਾ 11,000 ਰੁਪਇਆ ਸਾਡੇ ਭਰਾ ਦੇ ਵੱਲੋਂ ਪਹੁੰਚਿਆ ਵੀਰਾਂ ਦਾ ਜਿਨ੍ਹਾਂ ਨੇ ਇੱਕ ਵੱਡੇ ਮਾਰ ਭੇਜੇ ਨੇ ਹਰਦੀਪ ਸਿੰਘ ਜਿੰਦਰ ਜੀ 5100 ਇਹਨਾਂ ਵੱਲੋਂ ਸਤਨਾਮ ਢਿੱਲੋਂ USA ਇਹਨਾਂ ਵੀਰਾਂ ਦੇ ਵੱਲੋਂ ਪਹੁੰਚੇ ਆ ਸੁੱਖ ਢਿੱਲੋਂ ਦੂਕ ਨਾਲ ਸਤਨਾਮ ਸਿੰਘ ਜੀ ਢਿੱਲੋਂ ਸਾਊਥ ਕੋਰੀਆ ਸਤਪਾਲ ਲੋਹਾਰਾ ਕੌਂਸਲਰ ਸਾਹਿਬ ਡਾਕਟਰ ਦਵਿੰਦਰ ਸਿੰਘ ਜੀ ਗਿੱਲ ਨਾਲ ਮਨਦੀਪ ਸਿੰਘ ਜੀ ਢਿੱਲੋਂ ਡੋਗਰ ਇਹਨਾਂ ਵੱਲੋਂ ਵੀ 5500 ਰੁਪਏ ਦੀ ਗੜੀ ਨਗਦ ਰਾਸ਼ੀ ਆਪਣੇ ਕੋਲ ਪਹੁੰਚੀ ਆ ਮੇਹਰ ਸਿੰਘ ਜੀ ਢਿੱਲੋਂ ਨਾਲ ਗੁਰਜੀਤ ਸਿੰਘ ਜੀ ਢਿੱਲੋਂ ਔਰ ਰਣਜੀਤ ਸਿੰਘ ਜੀ ਢਿੱਲੋਂ ਇਹਨਾਂ ਦੇ ਵੱਲੋਂ ਵੀ 2500 ਰੁਪਏ ਦੇ ਬਹੁਤ ਵੱਡੇ ਯੋਗਦਾਨ ਅੱਜ ਦੇ ਇਸ ਟੂਰਨਾਮੈਂਟ ਦੇ ਲਈ ਪਹੁੰਚਿਆ ਦਿਲੋਂ ਰੇਡੀ ਵੀਰਾਂ ਦੇ ਆਪਾਂ ਨਾਲ ਜਸ਼ਨ ਢਿੱਲੋਂ ਕਨੇਡਾ ਅਜੇ ਪਾਲ ਸਿੰਘ ਜੀ ਢਿੱਲੋਂ ਕਨੇਡਾ ਦੇਸ਼
ਭਗਤ ਸਕੂਲ ਦੇ ਵੱਲੋਂ ਸਾਰੇ ਸਟਾਫ ਦੇ ਵੱਲੋਂ ਵੀ ਜਿਹੜਾ 3100 ਦਾ ਵੱਡਾ ਮਾਨ ਪਹੁੰਚਿਆ ਹੈ ਭਾਈ ਅਵਤਾਰ ਸਿੰਘ ਦੀ ਤਾਰੀ ਦਿਲਪ੍ਰੀਤ ਸਿੰਘ ਜੀ ਢਿੱਲੋਂ ਮਿੰਦਰ ਸਿੰਘ ਜੀ ਢਿੱਲੋਂ ਇਹਨਾਂ ਵੱਲੋਂ 2100 ਦੇ ਵੱਡੇ ਯੋਗਦਾਨ ਆਏ ਨੇ ਨਾਲ ਕਰਮਜੀਤ ਸਿੰਘ ਜੀ ਢਿੱਲੋਂ ਭੁੱਟੋ 2100 ਇਹਨਾਂ ਵੱਲੋਂ ਸਤਿੰਦਰ ਸਿੰਘ ਜੀ ਢਿੱਲੋਂ ਔਰ ਨਾਲ ਬਲਵਿੰਦਰ ਸਿੰਘ ਜੀ ਢਿੱਲੋਂ ਬਬਲੂ ਇਹਨਾਂ ਦੋਨਾਂ ਵੀਰਾਂ ਦੇ ਵੱਲੋਂ 1100 ਦੇ ਵੱਡੇ ਮਾਣ ਆਏ ਆ ਡਾਕਟਰ ਮਨਪ੍ਰੀਤ ਢਿੱਲੋਂ ਜੀ ਤੇ ਨਾਲ ਨਛੱਤਰ ਸਿੰਘ ਜੀ ਢਿੱਲੋਂ ਇਹਨਾਂ ਦੇ ਵੱਲੋਂ 1000 ਰੁਪਿਆ ਸਾਨੂੰ ਅੱਜ ਦੇ ਸਟੇਟ ਟੂਰਨਾਮੈਂਟ ਦੇ ਲਈ ਪਹੁੰਚਿਆ ਦਿਲੋਂ ਰੀਡਿੰਗ ਆਪਾਂ ਔਰ ਨਾਲ ਹਰਕਿੰਦਰ ਸਿੰਘ ਜੀ ਜਾਂ ਹਰਮਿੰਦਰ ਜੀ ਹਰਕਿੰਦਰ ਸਿੰਘ ਜੀ ਢਿੱਲੋਂ 1500 ਰੁਪਇਆ ਨਿੱਕਾ ਢਿੱਲੋਂ ਜੀ 1100 ਰੁਪਇਆ ਇੰਦਰਤਾਰ ਸਿੰਘ ਜੀ ਢਿੱਲੋਂ 1100 ਨਾਲ ਹਸਨਪ੍ਰੀਤ ਸਿੰਘ ਜੀ ਢਿੱਲੋਂ 1100 ਇਹਨਾਂ ਵੱਲੋਂ ਅਮਨਦੀਪ ਸਿੰਘ ਜੀ ਢਿੱਲੋਂ 1100 ਇਹਨਾਂ ਦੇ ਵੱਲੋਂ ਪਿਰਤਪਾਲ ਸਿੰਘ ਜੀ ਢਿੱਲੋਂ ਆਹ ਬੜਾ ਪਿਆਰਾ ਨਾਮ ਹੈ 1000 ਇਹਨਾਂ ਦੇ ਵੱਲੋਂ ਸਰਦਾਰ ਸੰਤਰੀ ਸਾਹਿਬ 1100 ਇਹਨਾਂ ਦੇ ਵੱਲੋਂ ਰਾਜੂ ਕਰਿਆਨਾ ਸਟੋਰ ਇਹ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ 1100 ਦੇ ਵੱਡੇ ਯੋਗਦਾਨ ਹੈ ਹੋਰ ਵੀ ਜਿਹੜੇ ਭਰਾਵਾਂ ਨੇ ਆਪਣੇ ਦਸਾਂ ਰਾਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਸਾਨੂੰ ਯੋਗਦਾਨ ਭੇਜਿਆ ਉਹਨਾਂ ਸਾਰਿਆਂ ਵੀਰਾਂ ਦਾ ਆਪਾਂ ਦਿਲੋਂ ਧੰਨਵਾਦ ਕਰਾਂਗੇ ਕੀਤਾ ਮੈਚ ਤੇ ਬੇਰੁਜ਼ਗਾਰ ਬਾਲਕ ਵੱਲੋਂ 500 ਉਹ ਦਿਲਸ਼ਾਦ ਬੇਰੁਜ਼ਗਾਰ ਬਾਲਕ ਵੱਲੋਂ 500 ਦੇ ਜੀਤਾ ਦਿੱਤੇ ਊਂ ਬੇਰੁਜ਼ਗਾਰ ਆ ਕੰਮ ਵੱਡੇ ਨੇ ਕਿਆ ਬਾਤ ਹੈ ਉਧਰ ਬੇਰੁਜ਼ਗਾਰ ਬਾਲਕ ਉਹਨਾਂ ਦੇ ਵੱਲੋਂ ਜੇ ਕੀਤਾ ਇੱਥੋਂ ਮੈਂ ਜਿਤਾਉਂਦਾ ਤੇ ਕਿੰਨੇ ਜੀ 500 ਆਹ ਬੇਰੁਜ਼ਗਾਰ ਬਾਲਕ ਦੇ ਵੱਲੋਂ ਜੇ ਖੁਜਨਾਵਰ ਵਾਲਾ ਕੀਤਾ ਮੈਚ ਜਿੱਤਦਾ ਤੇ ਨੋਟਾਂ ਤੋਂ ਜਿਹੜੀ ਜਿੰਦ ਜਾਨ ਤੇਰੇ ਤੋਂ ਬਾਹਰਾਂ ਦੀ ਕੈਨੇਡਾ ਦੇ ਬਾਈ ਦਿਲਪ੍ਰੀਤ ਬੈਠੇ ਇਕੱਠੇ ਲਾਟੀ ਦੀ ਸਿੰਗਲ ਹੈਂਡ ਉੱਪਰ ਰੇਡੀਅਮ ਆਉਣ ਵਾਲੇ ਕਹਿੰਦੇ 200 ਦੀ ਹੋਣੀ ਹੈ ਨੀਰ ਜੇ ਭਰਾ ਸਾਡਾ ਤਲਵੰਡੀ ਦੇ ਵਿੱਚ ਕਹਿੰਦਾ ਵੀ ਫੁੱਟਬਾਲ ਦਾ ਮੇਲਾ ਕਰਾਉਣਾ ਹੈ ਤੇ ਉੱਥੇ ਵੀ ਹਾਜ਼ਰੀ ਲਵਾਵਾਂਗੇ ਫੁੱਟਬਾਲ ਦੇ ਮੇਲੇ ਦੇ ਵੀ ਕਹਿੰਦੇ ਰੌਣਕਾਂ ਲੱਗਣਗੀਆਂ ਮੇਰੇ ਵੀਰੋ ਤਲਵੰਡੀ ਦੀ ਧਰਤੀ ਦੇ ਰੌਣਕ ਕਹਿੰਦੇ ਵੱਡੀ ਹੋਣੀਆਂ ਆਹ ਉਸ ਸਾਹਮਣੇ ਨੈਣ ਕਹਿੰਦੇ ਚੋਟੀ ਦਾ ਲੈ ਵੀ ਕਰਨੇ ਆ ਕਿੰਨੇ ਕਿੰਨੇ ਹੋ ਗਏ ਨੰਬਰ ਫਾਨੀ ਤੋਂ ਮੈਨੂੰ ਮਿਲੀਆਂਗੇ ਹਾਲੀ ਅੰਦਰ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਬੜਾ ਵੱਡਾ ਨਾਮ ਹੈ ਕਾਲਾ ਕੌਂਸਲਰ ਸਾਹਿਬ ਉਹਨਾਂ ਦੇ ਵੱਲੋਂ ਦੋਨੋਂ ਬੁਲਾਰਿਆਂ ਦੇ ਲਈ 500 ਦਾ ਵੱਡਾ ਮਾਨ ਆਇਆ ਹੈ ਜਦੋਂ ਮੈਂ ਧੰਨਵਾਦ ਕਰਾਂਗਾ ਬਾਈ ਬਿੱਲਾ ਸੰਘਵਾਲ ਤੇ ਦਲਪ੍ਰੀਤ ਗਿੱਲ ਕੈਨੇਡਾ ਲਾਈ ਹੈਲੋ ਰਾਜਸਥਾਨ ਤੋਂ ਉਹ ਵੀ ਲਾ ਜਿਹੜਾ ਬੈਠਾ ਮਾਵਾ ਮਿੰਟ ਪੇ ਦੇ ਨਾਲ ਦੇ ਨਾਲ ਕਹਿੰਦੇ ਰੇਸ਼ਾ ਖੇੜੀ ਮਾਰ ਵਾਲਾ ਵੱਡੇ ਵੱਡੇ ਪਲ ਕਹਿੰਦੇ ਜੁੜੇ ਬੈਠੇ ਆ ਤੇ ਫੌਜੀ ਆ ਥਲੀ ਕਰਾਲਾ ਭਰਾ ਸਾਡਾ ਉਹਦੇ ਨਾਲ ਵੀ ਜੋਟੀ ਛੋਟੂ ਦੇ ਬਾਲ ਲਾਵੇ ਤੇ 500 ਦੇ ਵੱਡੇ ਮਾਣ ਕਰਦੇ ਗੱਲ ਕਹਿੰਦੇ ਮਾਨਾ ਸਨਮਾਨਾ ਦੀ ਹੈ ਨਾਲ ਹੀ ਉਧਰੋਂ ਭਰਾਏ ਸਾਡਾ ਕਹਿੰਦੇ ਗੁਰਵਿੰਦਰ ਕਨੇਡਾ ਦਾ ਪਈ ਵਾਲੀਆ ਆਹ ਪਈ ਵਾਲੀਆ ਗੁਰਵਿੰਦਰ ਰਹਿੰਦਾ ਵਿੱਚ ਕਨੇਡਾ ਦੇ ਉਹ ਕਹਿੰਦਾ ਰੇ ਪਈ ਵਾਲੀਏ ਮੁੰਡੇ ਦਾ ਵੀ ਹਿੱਦਰਾ ਆ ਮੈਂ ਜਿੱਤਦੇ ਆ ਜੱਸਾ ਦੇ ਫੇਰ ਮਾਰ ਕੇ ਆ ਜਾਣਗੇ ਵੀਰੇ ਆ ਜਾਣਗੇ ਜੀ ਤੇ ਤੇਰਾ ਮੇਲਾ ਹੋਣਾ ਬਾਈ ਦੀ ਭਾਵੀਆਂ ਨੇ ਜੱਸਾ ਦੇ ਸਿਰ ਨੂੰ ਦਸੰਬਰ ਤੋਂ ਪਹਿਲੇ ਆਉਂਦੇ ਵੀਰੇ ਟੀਮ ਦਾ ਸਨਮਾਨ ਪਈ ਵਾਲੀਏ ਮੁੰਡਿਆਂ ਦੇ ਕੱਪਾਂ ਦਾ ਕਰ ਦੇਣਗੇ ਗੁਰਵਿੰਦਰ ਕਹਿੰਦਾ ਕਨੇਡਾ ਨੇ ਕਾਲੀ ਤਾੜੀ ਮਾਰ ਦੋ ਜ਼ੋਰ ਦੇਣੇ ਤੇ ਨਾਲ ਹੀ ਸਾਡਾ ਮੈਂ ਭਰਾ ਸਾਡਾ ਸਾਊਥ ਕੋਰੀਆ ਨਾਲ ਵਿੱਕੀ ਆ ਜਸਪਾਲ ਦਾ ਗਰਾਲਾ ਉਹ ਕਹਿੰਦੇ ਮਾਰਨਾ ਛੋਟੂ ਆ ਮੈਂ ਦਿੱਤੇ ਤੇ 1000 ਦੇ ਦਿਆਂਗੇ 1000 ਦੇ ਕੇ
ਵੱਡੇ ਮਾਣ ਛੋਟੂ ਦੇ ਕਰ ਦਿਆਂਗੇ, ਵੱਡੇ ਕਹਿੰਦੇ ਮਾਣ ਸਨਮਾਨ ਹੋਣਗੇ। ਉਧਰ ਚਲੋ ਮੈਂ ਧੰਨਵਾਦ ਕਰਾਂਗਾ ਸਾਡੀ ਜ਼ਿੰਦਗੀ ਦਾ ਮਾਣ ਦੇ ਭਰਾ ਸਾਡਾ ਬਿੱਲਾ ਸੰਗੂਆਲ ਵਾਸਤਾ ਵਿੱਚ ਕੈਨੇਡਾ ਦੇ ਨਾਲ, ਬਾਈ ਦਿਲਪ੍ਰੀਤ ਗਿੱਲ ਕੈਨੇਡਾ ਉਹ ਵੀ ਅੱਜ ਦੇ ਸਥਿਰ ਟੂਰਨਾਮੈਂਟ ਦੇ ਨਾਲ ਜੁੜ ਬੈਠੇ ਆ। ਚਲੋ ਮੈਂ ਧੰਨਵਾਦ ਕਰਾਂਗਾ ਕੈਨੇਡਾ ਵਾਲੇ ਮਿੱਤਰ ਮੰਡਲੀ ਜੁੜ ਬੈਠੀ ਆ, ਮਾਣ ਹੋ ਰਹੇ ਆ। ਲੈ ਵੀ ਚੌਂਤੀ ਜੇ ਜਿੱਤ ਗਿਆ ਤੇ ਬਾਈ ਦਿਲਪ੍ਰੀਤ ਦੇ ਵੱਲੋਂ ਰੁਪਈਆ ਕਹਿੰਦੇ 2100 ਰੁਪਈਆ ਪਹਿਲਾਂ ਪਹੁੰਚਦਾ ਕਰ ਦਿੱਤਾ। ਮੈਚ ਇੱਕ ਦੇ ਵੀ ਤਗੜਾ ਖੇਡਿਆ ਜਾ ਰਿਹਾ, 16 ਨੇ ਵੀਰੇ ਕੰਡਿਆ ਨੰਬਰ ਇੱਧਰ 18 ਨੇ ਵੀ ਦਾਦਾ ਵਾਲੀ ਤੇ ਨਾਟਗੜ ਪੇਚਾ 16 ਵੱਡੀਆਂ ਟੀਮਾਂ ਦਾ ਪੇਚਾ ਵੱਡੀਆਂ ਟੀਮਾਂ ਦਾ ਯੂਸੂ ਭੰਗੂ ਕੈਨੇਡਾ ਵੱਲੋਂ ਮਾਲਵਾ ਬਿਲਟ ਪੇਜ ਲਈ 17 ਭੇਜੇ ਗਏ ਕੈਨੇਡਾ ਪਹੁੰਚ ਗਿਆ ਸਾਡਾ ਨਾਲ ਮੀਰਪੁਰੀਆ ਸੀਪਾ ਉਹ ਵੀ ਰੋਪੜ ਬਾਬਾ ਸਵਾਗਤ ਆ ਜੀ ਜੱਸੀ ਤੇ ਇੰਦਰ ਰੋਪੜ ਨਾਲ ਬਾਈ ਹਿੰਮਤ ਡੰਡਾ ਰੋਪੜ ਬਾਬਾ ਸਵਾਗਤ ਆ ਜੀ ਜੱਸੀ ਤੇ ਇੰਦਰ ਰੋਪੜ ਨਾਲ ਬਾਈ ਹਿੰਮਤ ਡੰਡਾ ਜੀ ਰੋਪੜ ਬਾਬਾ ਸਵਾਗਤ ਉਧਰਲੇ ਪਾਸੇ ਕਹਿੰਦੇ 16-18 ਹੋ ਗਏ ਬਾਈ 16 ਨੰਬਰ ਆ ਖਜਨਾਵਰ ਚੀਤੇ ਦੀ ਟੀਮ ਦੇ ਰਵੀ ਦੀ ਟੀਮ ਦੇ ਤੇ 18 ਨੰਬਰ ਆ ਬਾਈ ਰਾਮਕੋਟ ਵਾਲੇ ਮੁੰਡਾ ਦੇ ਤੇ ਬਾਈ ਯਾਰ ਕਿੰਨੀ ਆਇਆ ਵੀਰੇ ਆ ਜੀ ਫਰਕ ਪਾਛੀ 16-18 ਵੀਰੇ 16-18 ਨੂੰ ਲੱਗਦਾ ਵੀ ਆ ਮੈਚ 18-18 ਹੋਣਗੇ 16-18 ਹੋ ਗਏ ਕਹਿੰਦੇ ਕਮਾਲ ਹੋਈ ਜਾਂਦੀ ਆ। ਲੈ ਵੀ ਉਧਰੋਂ ਵਿੱਕੀ ਦੇ ਸੱਤ ਨਾਮ ਕਹਿੰਦੇ ਕਿ ਰਵੀ ਆ ਮੈਂ ਜਿੱਤੇ ਤੇ 1000 ਦੇ ਦਿਆਂਗੇ। ਵਿੱਕੀ ਰਸਪਾਲ ਵਾਂਗਰ ਵਾਲਾ ਭਰਾ ਸਾਡਾ ਸੱਤ ਨਾਮ ਲਹਾਰੇ ਵਾਲਾ 1000 ਨਾਲ ਵੱਡੇ ਜਿਹੜੇ ਮਾਣ ਹੋਣਗੇ ਉਧਰੋਂ ਜੱਸੂ ਭੱਗੂ ਆ ਭਰਾ ਸਾਡਾ ਕਹਿੰਦੇ ਗੱਲਾਂ ਹੁੰਦੀਆਂ ਨੇ ਕੈਨੇਡਾ ਦੇ ਵਿੱਚ ਆ ਵਸਿਆ ਮੀਰਪੁਰ ਦਾ ਸੀਪਾ ਚੈਲਦਾਰ ਉਹ ਕਹਿੰਦੇ ਵੀ ਆਉਣ ਵਾਲੇ ਕਿਸੇ ਵੀ ਮੇਲੇ ਤੇ ਸੋਡੀ ਠੁੱਲੀ ਆਉਂਦਾ ਸਨਮਾਨ ਸਪਰਾਈ ਨਾ ਕਰ ਦਿਆਂਗੇ ਵੱਡੇ ਮਾਣ ਸਨਮਾਨ ਕਰ ਦਿਆਂਗੇ। ਆ ਯੂਐਸਏ ਵਾਲਾ ਫਿੱਟ ਹੋਇਆ ਫਿਰਦਾ ਬੁਲਾਰਾ ਠੀਕ ਹੈ ਠੀਕ ਹੈ ਕੀ ਬਾਤ ਹੈ। ਉਧਰੋਂ ਆਪਣਾ ਰਾਏਕੋਟ ਦੇ ਨਾਲ ਜੱਸ ਨੱਤਾ ਦਾ ਭਰਾ ਸਾਡਾ ਰਾਏਕੋਟ ਆਪਣਾ ਤੇ ਜੱਸਾ ਆ ਨੱਤਾ ਦਾ ਵੀ ਪੁੱਜਿਆ ਹੋਇਆ ਬਹੁਤ ਤਗੜੇ ਮੈਨ ਆ ਦੋਨੇ ਹੀ ਉਹ ਜਿਹੜੀ ਦੋਨੋ ਪਾਸੋਂ ਜਿੱਤ ਗਈ ਟੀਮ ਤੇ ਗਾਂ ਹੇ ਟੱਕਰ ਆ ਉਹ ਗੱਲਾਂ ਹੋਣਗੀਆਂ ਮੇਰੇ ਵੀਰੋ ਐਨ ਕਹਿੰਦੇ ਕਮਾਲ ਹੀ ਹੋ ਰਹੀ ਆ ਬੁਲਾਰਾ ਵਾਹ ਬਈਆ। ਔਰ ਮੈਂ ਵੀ ਇਧਰਲੇ ਪਾਸੇ ਗੁਆਂਢੀ ਪਿੰਡ ਹੈ ਬੁਲਾਰਾ ਪਿੰਡ ਬਈ ਦਿਲਪ੍ਰੀਤ ਗਿੱਲ ਵੱਸਦਾ ਵਿੱਚ ਕੈਨੇਡਾ ਦੇ ਤੇ ਭਰਾ ਕਹਿੰਦਾ ਵੀ ਆਪਣਾ ਨਾਨਕਾ ਪਿੰਡ ਆ ਇਹਨਾਂ ਪਿੰਡਾਂ ਦੇ ਵਿੱਚ ਕਹਿੰਦੇ ਰਿਸ਼ਤੇਦਾਰੀਆਂ ਨੇ ਬੁਲਾਰੇ ਪਿੰਡ ਦੇ ਵਿੱਚ ਬਾਈ ਦਿਲਪ੍ਰੀਤ ਦੇ ਨਾਨਕੇ ਆ। ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਭਰਾ ਜੁੜ ਬੈਠਾ ਜਦੋਂ ਵੱਡੇ ਕੱਪ ਦੇ ਨਾਲ ਤੇ ਇਧਰਲੇ ਪਾਸੇ 16-17 ਤੇ ਜਾਂ ਫਿਰ 16 ਮੈਂ ਜਿੱਤੇ ਚੱਲਦਾ ਆ ਤੇ ਆਪਾਂ 500 ਦੇ ਦਾਂਗੇ ਜੋ ਤੇ ਯੂਐਸ ਵਾਲਾ ਸੁੱਖਾ ਯੂਕੇ ਵਾਲਾ ਬਹੁਤ ਭਰਾ ਗੱਲਾਂ ਕਹਿੰਦੇ ਹੁੰਦੀਆਂ ਨੇ ਆਹ ਕਹਿੰਦੇ ਨੱਤਾ ਦਾ ਭਰਾ ਵੀ ਆਹ ਨਾਲ ਰਾਏਕੋਟ ਵਾਲੇ ਵੀ ਆਏ ਹੋਏ ਆਪਣੇ ਹੁਣੀ ਆਹ ਭਰਾ ਸਾਡੇ ਪੁੱਤੇ ਹੋਏ ਆ ਨਿਊਜ਼ੀਲੈਂਡ ਗਿਆ ਖੇਡਣ ਜੀ ਵਾਹ ਜੀ ਵਾਹ ਰੋਕੀ ਜੀ ਆ ਗਏ ਲਾਈਵ ਤੇ ਬਹੁਤ ਬੜਾ ਧੰਨਵਾਦ ਕਰਦਾ ਮੈਂ ਇੰਸਟਾਗ੍ਰਾਮ ਦੇ ਪਿੰਡ ਯਾਰਾਂ ਦਾ ਯਾਰ ਆ ਤੇ ਸਟਾਰਾਂ ਲਈ ਸਟਾਰ ਰਹਿੰਦਾ ਵਿੱਚ ਕੈਨੇਡਾ ਦੇ ਮੇਰੇ ਵੀਰੋ ਵੱਡੀਆਂ ਕਲੱਬਾਂ ਬਣਾਉਂਦੇ ਭਰਾ ਸਾਡੇ ਨਾਲ ਕਿੰਗੇ ਵਾਲਾ ਭਰਾ ਸਾਡਾ ਹਾਂਜੀ ਹਾਂਜੀ ਯਾਰ ਸੰਭਾ ਕਰਾ ਔਰ ਬਿਲਕੁਲ ਬਾਈ ਐਂਡ ਹੋਇਆ ਪਿਆ 18-16 ਤੋਂ ਅਰਥ ਗੱਲ ਸੋਰੀ ਖੁਰਦਾਰ ਸੰਭਾ ਕਰਾ ਔਰ ਜੀ ਤੇ ਗੁਰਭੇਰ ਕਹਿੰਦੇ ਫਰੇਸ ਤੇ ਰਵੀ ਦੀ ਟੱਕਰ ਓਏ ਜਿੰਦਗੀ ਵੀਰੇ ਰਾਮਕੋਟ ਬੜਾ ਲੱਗਣਾ ਮੈਚ ਲੱਗਿਆ ਸਜਾਰਾ ਲੇਟ ਹੋ ਗਿਆ ਤੂੰ 18-19-16 ਤੇ ਸਨੇਹ ਜਿੱਤ ਗਏ ਵੀਰੇ ਰਹੀ ਹੈ।